ਹਾਂਜੀ ਦੋਸਤੋ ਕਲਾਸ 9ਵੀਂ ਦਾ ਹੁਣ ਹੈਗਾ ਪੰਜਾਬੀ 20 ਦਾ ਪੇਪਰ 20 ਮਾਰਚ ਨੂੰ ਯਾਨੀ ਕਿ ਸੋਮਵਾਰ ਨੂੰ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਇਹ ਪੇਪਰ ਸਾਡੇ ਕੋਲ ਪਹੁੰਚਿਆ ਵਾ ਅਸੀਂ ਇਸ ਨੂੰ ਪੂਰਾ ਹੀ ਸੋਲਵ ਕਰ ਚੁੱਕੇ ਆ ਠੀਕ ਹੈ ਜੀ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਸਾਰਾ ਹੀ ਸੋਲੂਸ਼ਨ ਅਸੀਂ ਅ ਮਤਲਬ ਕਰ ਚੁੱਕੇ ਆ ਤੇ ਹੁਣ ਚਲੋ ਤੁਹਾਡੀ ਚੰਗੀ ਤਰ੍ਹਾਂ ਤਿਆਰੀ ਕਰਾ ਦਿੰਨੇ ਆ ਤਾਂ ਦੇਖ ਲਓ ਦੋਸਤੋ ਸਭ ਤੋਂ ਪਹਿਲਾਂ ਕਿ 65 ਨੰਬਰ ਦਾ ਹੈ ਪੇਪਰ ਆਏਗਾ ਤੁਹਾਨੂੰ 3 ਘੰਟੇ ਦਾ ਸਮਾਂ ਮਿਲੇਗਾ ਠੀਕ ਹੈ ਜੀ ਤਾਂ ਦੇਖੋ ਪਹਿਲਾ ਪ੍ਰਸ਼ਨ ਸੁੰਦਰ ਲਿਖਾਈ ਲਈ ਹੀ ਰੱਖਵਾ ਰੱਖਿਆ ਗਿਆ ਵਾ 5 ਮੰਕ ਤੁਹਾਨੂੰ ਸੁੰਦਰ ਲਿਖਾਈ ਦੇ ਮਿਲ ਜਾਣਗੇ ਤਾਂ ਦੂਸਰੇ ਦੇ ਵਿੱਚ ਦੇਖੋ ਵਸਤੁਨਿਸ਼ ਪ੍ਰਸ਼ਨ ਨੇ ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ 1921 ਦਾ ਫਰਕ ਹੋਣਾ ਮੁਹਾਵਰੇ ਦਾ ਕੀ ਅਰਥ ਹੈ ਠੀਕ ਹੈ ਜੀ ਤਾਂ ਦੋਸਤੋ ਇਹਦਾ ਆਨਸਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਹੜਾ ਹੈਗਾ ਵਾ ਥੋੜਾ ਫਰਕ ਹੋਣਾ ਠੀਕ ਹੈ ਤਾਂ ਦੋਸਤੋ ਇਹਦਾ ਆਪਣਾ ਆਨਸਰ ਕੀਤਾ ਜਾ ਹੁਣ ਅੱਗੇ ਵਿਆਕਰਨ ਦੇ ਮੁੱਖ ਕਿੰਨੇ ਅੰਗ ਹਨ ਠੀਕ ਹੈ ਜੀ ਤਾਂ ਦੂਸਰਾ ਪ੍ਰਸ਼ਨ ਦੇਖ ਲਓ ਦੋਸਤੋ ਵਿਆਕਰਨ ਦੇ ਜਿਹੜੇ ਮੁੱਖ ਅੰਗ ਦੋਸਤੋ ਚਾਰ ਨੇ ਠੀਕ ਹੈ ਜੀ ਤਾਂ ਇਹਦਾ ਆਨਸਰ ਦੋਸਤੋ ਇਹ ਵਾਲਾ ਹੋਏਗਾ ਤੀਸਰਾ ਪ੍ਰਸ਼ਨ ਵਿਆਕਰਨ ਨੇ ਕਿਸ ਭਾਗ ਵਿੱਚ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਠੀਕ ਹੈ ਤਾਂ ਤੀਸਰਾ ਪ੍ਰਸ਼ਨ ਦਾ ਆਨਸਰ ਤੁਹਾਡੇ ਸਾਹਮਣੇ ਹੈ ਧੁਨੀ ਬੋਧ ਠੀਕ ਹੈ ਤਾਂ ਇਸ ਦਾ ਆਨਸਰ ਆਏਗਾ ਧੁਨੀ ਬੋਧ ਤਾਂ ਦੇਖ ਲਓ ਦੋਸਤੋ ਕਿੱਥੇ ਲਿਖਿਆ ਹੈ ਧੁਨੀ ਬੋਧ ਆਰ অপਸ਼ਨ ਅੱਗੇ ਪੰਜਾਬੀ ਭਾਸ਼ਾ ਵਿੱਚ ਕੁੱਲ ਕਿੰਨੀਆਂ ਸਵਰ ਧੁਨੀਆਂ ਹਨ ਠੀਕ ਹੈ ਜੀ ਤਾਂ ਦੋਸਤੋ ਇਹਦਾ ਆਨਸਰ ਹੈ 10 ਠੀਕ ਹੈ ਜੀ ਤਾਂ 10 ਸਵਰਤ ਹੁਣੀਆਂ ਹੈਗੀਆਂ ਨੇ ਤਾਂ ਇਹਦਾ ਦੇਖ ਲਓ ਦੋਸਤੋ ਆਪਣਾ ਜਿਹੜਾ ਹੈਗਾ 600 ਆਪਸ਼ਨ ਆ ਜਾਏਗਾ ਅਗੇ ਵਾਕ ਵਿੱਚ ਨਾਂਵ ਜਾਂ ਪੜਨਾਮ ਦਾ ਕਿਰਿਆ ਨਾਲ ਜੋ ਸਬੰਧ ਹੁੰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਠੀਕ ਹੈ ਜੀ ਤਾਂ ਦੋਸਤੋ ਇਹਦਾ ਅਨਸਰ ਆ ਜਾਏਗਾ ਆਪਣਾ ਕਾਰਕ ਠੀਕ ਹੈ ਤਾਂ ਦੇਖੋ ਇਥੇ ਕਾਰਕ ਕਿੱਥੇ ਹੈ ਉਹਦਾ ਆਪਸ਼ਨ ਇਥੇ ਰਾਈਟ ਹੋ ਜਾਏਗਾ ਅਗਲਾ ਪ੍ਰਸ਼ਨ ਦੋਸਤੋ ਹੇਠ ਲਿਖਿਆ ਵਾਕਾਂ ਵਿੱਚੋਂ ਸਹੀ ਗਲਤ ਦੀ ਚੋਣ ਕਰੋ ਤਾਂ ਪਹਿਲਾ ਪ੍ਰਸ਼ਨ ਕੀ ਹੈ ਜਿਹੜਾ ਸ਼ਬਦ ਕਿਸੇ ਨਾਂਵ ਦੀ ਥਾਂ ਵਰਤਿਆ ਜਾਵੇ ਉਸ ਨੂੰ ਪੜਨਾਮ ਆਖਦੇ ਹਨ ਠੀਕ ਹੈ ਤਾਂ ਇਹ ਸਹੀ ਹੈ ਜਾਂ ਗਲਤ ਤਾਂ ਦੋਸਤੋ ਇਹ ਗਲਤ ਆ ਠੀਕ ਹੈ अपना दूसरा प्रश्न दोस्तों देखो की है कि जेड़े शब्द तो किसी गुण हालत भाव आदि का ज्ञान हो उसू पदार्थवाचक नाव कहा जाता है ठीक है जी तो दोस्तों ये भी जो है अपना गलत होएगा यानी कि फॉल्स अगला दोस्तों प्रश्न की है कि टकसाली भाषा एक आदर्श भाषा होंगी है जो सारे इलाके सझी भाषा वालों मानता रखी जाती है रखती है तो दोस्तों बिल्कुल सही है अगला प्रश्न दोस्तों की है गुरमुखी के सारे अखर लगा आदि मिला के गुरमुखी लिपि बनती है ठीक है जी तो दोस्तों यद आंसर की है बिल्कुल सही है अगर दोस्तों देखो की है प्रश्न अपना नाव दिया अठ किस्म होंगे हैं ठीक है जी तो आंसर भी दोस्तों की है अपना गलत आ जाएगा थे गलत आंसर होगा क्योंकि दोस्तों जो अपना नाव होंगे ना आखो आ जो अपना नाव इतने कि वा इन्होंने नाव दिया ज अठ किस्म होंगे नहीं दोस्तों पं ठीक है जी कि होंदिया ने एक तो दोस्तों अपना हों ठीक है जी आम नाव खास नाव इकट्ठवाचक नाव एक हुदा, एक हुदा अपना वस्तावाचक नाम एक होंगे एक होंगे शायद अपना भाववाचक नाम यह पं होंगे ने ठीक है जी अपने तो यह इस आंसर यह आना वा इसलिए दोस्तों इतने अठ नहीं आना इतने जो है आऊगा तो इसलिए यह गलत है अगे यह दोस्तों अपना इी प्रश्न है तो देखो हेठ लिखे शब्दों का सही मिलान करो ठीक है जी मैं असी तू तुसी ए ठीक है जी तो यह की है तो दोस्तों आंसर आ जाएगा जिम्मे कि पड़नाव ठीक है जी तो यह वाला जुम्मे कि देखो आंसर मैं असी तू ती दोस्तों की है पड़नाव आ जाएगा ठीक है जी तो यह आंसर दोस्तों कितें लगेगा अपना टिक यह दोस्तों लग जाएगा पड़नामें दूसरा अपना की है सुरेंद्र पटियाला कुरसी स्कूल ठीक है जी तो दोस्तों यद की आ जाएगा यह नाव ने ठीक है जी तो देख लो दोस्तो यदा दोस्तो कि बन जाएगा अपना यह वाला बन जाएगा अगे है बहादुर नेक उच्चा का ठीक है जी तो येगा दोस्तो ਇਹਦਾ ਆ ਜਾਏਗਾ ਦੋਸਤੋ ਵਿਸ਼ੇਸ਼ਣ ਤਾਂ ਇਹਦਾ ਇਹ ਬਣ ਜਾਏਗਾ ਆਪਣਾ ਹਾਂਜੀ ਤਾਂ ਇਹਦਾ ਇਹ ਵਾਲਾ ਬਣ ਜਾਏਗਾ ਅੱਗੇ ਦੋਸਤੋ ਤੇ ਨਾਲੇ ਪਰ ਅਤੇ ਜਾਂ ਠੀਕ ਹੈ ਜੀ ਤਾਂ ਇਹ ਕੀ ਆ ਬਣ ਜਾਏਗਾ ਦੋਸਤੋ ਆਪਣਾ ਯੋਜਕ ਆਹ ਹੈ ਠੀਕ ਹੈ ਜੀ ਤਾਂ ਇਹ ਆਪਣਾ ਜਿਹੜਾ ਹੈਗਾ ਕੀ ਹੈ ਦੋਸਤੋ ਤੇ ਨਾਲ ਇਹ ਜੋੜੋ ਜੋ ਹੈਗਾ ਆਪਣਾ ਯੋਜਕ ਠੀਕ ਹੈ ਜੀ ਤੇ ਆਪਣਾ ਅਗਲਾ ਪ੍ਰਸ਼ਨ ਦੋਸਤੋ ਕੀ ਬਚ ਗਿਆ ਇਹੀ ਬਚ ਗਿਆ ਠੀਕ ਹੈ ਜੀ ਤਾਂ ਇਹ ਸੰ ਕੀ ਆਪਣਾ ਸੰਬੰਧਕ ਆ ਠੀਕ ਹੈ ਜੀ ਤਾਂ ਦੇਖ ਲਓ ਕੀ ਹੈ ਸੰਬੰਧਕ ਠੀਕ ਹੈ ਤਾਂ ਇਹ ਵਾਲਾ ਇਹ ਦੇ ਨਾਲ ਹੋ ਜਾਏਗਾ ਆਨਸਰ ਠੀਕ ਹੈ ਤਾਂ ਮਤਲਬ ਪਹਿਲਾ ਵਾਲਾ ਕਿਹੜਾ ਸੀਗਾ ਦੋਸਤੋ ਪਹਿਲਾ ਵਾਲਾ ਸੀਗਾ ਆਪਣਾ ਇਹਦੇ ਨਾਲ ਠੀਕ ਹੈ ਜੀ ਇਹਦੇ ਨਾਲ ਸੀਗਾ ਆਪਣਾ ਫੜਨਾਵ ਦੇ ਨਾਲ ਠੀਕ ਹੈ ਜੀ ਤੇ ਦੂਸਰਾ ਦੋਸਤੋ ਕਿਹਦੇ ਨਾਲ ਸੀਗਾ ਦੇਖ ਲਓ ਇੱਥੇ ਹੀ ਦੇਖ ਲਓ ਇੱਕ ਵਾਰੀ ਚੰਗੀ ਤਰ੍ਹਾਂ ਠੀਕ ਹੈ ਜੀ ਇਹਦਾ ਆਨਸਰ ਇਹ ਆ ਇਹਦਾ ਆਨਸਰ ਇਹ ਆ ਇਹਦਾ ਆਨਸਰ ਇਹ ਆ ਇਹਦਾ ਆਨਸਰ ਇਹ ਹੈ ਠੀਕ ਹੈ ਜੀ ਤਾਂ ਇਹ ਇਹਦਾ ਆਨਸਰ ਸਾਰੇ ਇਸ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੁਬਾਰਾ ਵੀ ਦਿਖਾ ਦਿੰਦੇ ਤੇ ਹੁਣ ਦੋਸਤੋ ਅਗਲਾ ਦੇਖੋ ਪ੍ਰਸ਼ਨ ਕੀ ਹੈ ਤਾਂ ਦੇਖੋ ਹੇਡ ਲਿਖੇ ਜਿਹੜੇ ਹੈਗੇ ਆ ਹਾਂਜੀ ਤਾਂ 8 ਟ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਦੇ ਜਿਹੜਾ ਹੈਗਾ 200 ਸ਼ਬਦਾਂ ਵਿੱਚ ਲੇਖ ਲਿਖੋ ਠੀਕ ਹੈ ਜੀ ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾ ਹੈਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਚਲੋ ਦੇਖਦੇ ਹਾਂ ਤਾਂ ਦੇਖੋ ਦੋਸਤੋ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦੇ ਇਤਿਹਾਸ ਵਿੱਚ ਉੱਚਾ ਸਥਾਨ ਪ੍ਰਾਪਤ ठीक है जी है आप सिखा के जोड़े है दसवें अंतम गुरु होए हैं आपने भारत की सती प्र सुती कौम को जरा जगया तो उसकी मुरदा रूप में आपने जान पाई आप महान कवि बहादुर जरनैल सूजवान आगू के दुखिया के दुख दूर करने वाले सन ठीक है जी तो आप जगे आप दे हाँ जी आप देव दहिमा दे करते दे हुए ਜਿਹੜੇ ਹੈਗੇ ਆ ਕਵੀ ਗੁਰਦਾਸ ਸਿੰਘ ਲਿਖਦਾ ਹੈ ਵਾਹ ਪ੍ਰਕਟਾਇਓ ਮਰਦ ਅਰ ਅੰਗ ਹਾਂਜੀ ਅਗਮੜਾ ਬਰਿਆਮ ਅਕੇਲਾ ਵਾਹ ਵਾ ਗੋਵਿੰਦ ਸਿੰਘ ਆਪੇ ਗੁਰੂ ਚੇਲਾ ਠੀਕ ਹੈ ਜੀ ਅੱਗੇ ਆਪਣਾ ਜਨਮ ਅਤੇ ਮਾਤਾ ਪਿਤਾ ਦੇਖੋ ਆਪਦਾ ਜਨਮ ਜਿਹੜਾ ਹੈਗਾ ਵਾ 22 ਦਸੰਬਰ 1608 ਈਸਵੀ ਵਿੱਚ ਪਉ ਸੁਦੀ ਦੀ ਸਤਵੀਂ ਨੂੰ ਪਟਨਾ ਵਿਖੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਦੀ ਦੇ ਕੁੱਖੋਂ ਹੋਇਆ ਜਨਮ ਦੇ ਪਿੱਛੋਂ ਆਪਨੇ ਜਿਹੜਾ ਹੈਗਾ ਸੈਦ ਪਿੱਖਣ ਸ਼ਾਹ ਦੀਆਂ ਜੜੀਆਂ ਹੈਗੀਆਂ ਨੇ ਹਾਂਜੀ ਲਿਆਂਦੀਆਂ ਦੋ ਕੁੱਝੀਆਂ ਉੱਤੇ ਦੋਸਤੋ ਦੋਵੇਂ ਜਿਹੜੇ ਹੈਗੇ ਹੱਥ ਰੱਖ ਕੇ Hindu Musalmana ਨੇ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਸਾਂਝੇ ਗੁਣ ਗੁਰੂ ਹਰਿਵਿੰਦਰ ਸਾਹਿਬ ਦਾ ਸਾਬਿਤ ਜਿਹੜਾ ਹੈਗਾ ਵਾ ਸਬੂਤ ਦਿੱਤਾ। ਬਚਪਨ ਵਿੱਚ ਆਪ ਬਲਕਾਂ ਦੀਆਂ ਫੌਜਾਂ ਬਣਾ ਕੇ ਠੀਕ ਹੈ ਜੀ ਇੱਕ ਦੂਸਰੇ ਦੇ ਵਿਰੁੱਧ ਨਕਲੀਆਂ ਲੜਾਈਆਂ ਕਰਦੇ ਸਨ। ਕੋਈ ਕੀ ਜਾਣਦਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਹਥਿਆਰਬੰਦ ਟਕਰਾ ਲਵੇਗਾ। ਅਨੰਦਪੁਰ ਆਉਣਾ ਠੀਕ ਹੈ। 1672 ਈਸਵੀ ਵਿੱਚ ਆਪ ਦੇ ਪਿਤਾ ਜੀ ਪਟਨੇ ਨੂੰ ਛੱਡ ਕੇ ਅਨੰਦਪੁਰ ਆ ਗਏ। ਇੱਥੇ ਆਪ ਦੇ ਪਿਤਾ ਜੀ ਨੇ ਆਪ ਨੂੰ ਸ਼ਸਤਰ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਦਿੱਤੀ। ਆਪ ਨੇ ਪੰਜਾਬੀ, ਫਾਰਸੀ, ਹਿੰਦੀ, ਸੰ प्राप्त की थी पिता दी कुर्बानी औरंगजेब ने हिंदू धर्म ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ ਕਸ਼ਮੀਰੀ ਪੰਡਿਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਸਹਾਇਤਾ ਲਈ ਆਏ ਉਸ ਸਮੇਂ ਆਪ ਕੇਵਲ 9 ਸਾਲ ਦੇ ਸੰਤਾ ਆਪਨੇ ਆਪਣੇ ਪਿਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਕੁਰਬਾਨੀ ਦੇਣ ਦੀ ਲਈ ਪੇਸ਼ ਦਿੱਤਾ ਅੱਗੇ ਜੰਗ ਜੰਗੀ ਤਿਆਰੀਆਂ ਤਾਂ ਪਿਤਾ ਦੀ ਸ਼ਹੀਦੀ ਤੋਂ ਪਿੱਛੇ ਆਪ ਗੁਨਾਨਕ ਦੇਵ ਜੀ ਦੀ ਗੱਦੀ ਦੇ 10ਵੇਂ ਵਾਰਿਸ ਬਣੇ ਆਪਨੇ ਜ਼ਾਲਮ ਮੁਗਲ ਰਾਜ ਨੂੰ ਖਤਮ ਕਰਨ ਲਈ ਸਿੱਖ ਕੌਮ ਨੂੰ ਇਕੱਠਾ ਜਿਹੜਾ ਹੈ ਇੱਕ ਮੁਠ ਕੀਤਾ ਤੇ ਸ਼ਸਤਰ ਵਿਦਿਆ ਦੇਣੀ ਸ਼ੁਰੂ ਕੀਤੀ ਆਪਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਨਾ ਦੇ ਦਰਸ਼ਨਾ ਲਈ ਜਿਹੜੇ ਆਉਂਦੇ ਸਮੇਂ ਉਹਨਾਂ ਲਈ ਘੋੜੇ ਅਤੇ ਜਿਹੜਾ ਹੈਗਾ ਹਥਿਆਰ ਲਿਆਉਣ ਨਾਲ ਹੀ ਇਹ ਵੀ ਹੁਕਮ ਦਿੱਤਾ ਕਿ ਜਿਸ ਸਿੱਖ ਦੇ ਚਾਰ ਪੁੱਤਰ ਹਨ ਉਹ ਇੱਕ ਨੂੰ ਜਿਹੜਾ ਹੈਗਾ ਗੁਰੂ ਦੀ ਸੈਨਾ ਵਿੱਚ ਭੇਜ ਦੇਵੇ ਗੁਰੂ ਜੀ ਦੀਆਂ ਸੈਨਿਕ ਤਿਆਰੀਆਂ ਨੂੰ ਪਹਾੜੀ ਰਾਜੇ ਦਾਸ਼ ਨਾ ਕਰ ਸਕੇ ਬिलासपुर ਦੇ ਰਾਜੇ ਪੀਮ ਚੰਦ ਤੇ ਜਿਹੜਾ ਹੈਗਾ ਆਪ ਆਪਣਾ ਸ਼੍ਰੀ ਨਗਰ ਦੇ ਰਾਜੇ ਫਤਿਹ ਸ਼ਾ ਨੇ ਕੁਝ ਰਾਜਿਆਂ ਨੂੰ ਇਕੱਠੇ ਕਰਕੇ ਆਪਣੇ ਉੱਤੇ ਚੜ੍ਹਾਈ ਕਰ ਦਿੱਤੀ ਆਪ ਉੱਤੇ ਠੀਕ ਹੈ ਜੀ ਜਿਹੜੀ ਇਹ ਚੜ੍ਹਾਈ ਕਰ ਦਿੱਤੀ ਪੰਗਾਣੀ ਦੇ ਸਥਾਨ ਤੇ 1686 ਈਸਵੀ ਵਿੱਚ ਯੁੱਧ ਹੋਇਆ ਰਾਜਿਆਂ ਨੂੰ ਮੂਹ ਦੀ ਖਾਣੀ ਪਈ ਇਸ ਪਿੱਛੋਂ ਆਪ ਨੇ ਕਈ ਕਿਲੇ ਬਣਾਏ ਮਹਾਨ ਕਵੀ ਤਾਂ ਆਪ ਇੱਕ ਜਿਹੜਾ ਹੈਗਾ ਮਹਾਨ ਸਾਹਿਤ ਰਸੀਏ ਵੀ ਸਨ ਠੀਕ ਹੈ ਜੀ ਆਪ ਦੇ ਦਰਬਾਰ ਵਿੱਚ 52 ਕਵੀ ਸਨ ਚੰਡੀ ਦੀ ਬਾਹਰ ਆਪ ਦੀ ਜਿਹੜੀ ਹੈਗੀ ਉਚਤਮ ਵੀਰ ਰਸੀ ਕਵਿਤਾ ਹੈ ਆਪਨੇ ਪੰਜਾਬੀ ਬ੍ਰਿਜ ਭਾਸ਼ਾ ਤੇ ਫਾਰਸੀ ਕਵੀ ਰਚਨਾ ਕੀਤੀ ਖਾਲਸਾ ਪੰਥ ਦੀ ਸਾਜਨਾ ਠੀਕ ਹੈ 1699 ਇਸਵੀ ਨੂੰ ਵਿਸਾਖੀ ਵਾਲੇ ਦਿਨ ਆਪਨੇ ਅਨੰਦਪੁਰ ਵਿੱਚ ਇੱਕ ਭਾਰੀ ਇਕੱਠ ਕੀਤਾ ਆਪਨੇ ਇਸ ਭਰੇ ਦੀਵਾਨ ਵਿੱਚ ਪੰਜਾਂ ਸਿਰਾਂ ਦੀ ਜਿਹੜੀ ਹੈਗੀ ਮੰਗ ਕੀਤੀ ਪੰਜ ਸਿੱਖਾਂ ਨੇ ਗੁਰੂ ਜੀ ਦੀ ਮੰਗ ਵਾਰੋ ਵਾਰੀ ਪੂਰੀ ਕੀਤੀ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਬਾਅਦ ਵਿੱਚ ਆਪਨੇ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ ਇਸ तरह आपने ने खालसा पंथि नींह रखी आपने कहा कि सवा लाख से एक लड़ाऊ तबे गोबिंद का हूँ मुगल फौजा युद्ध से कुरबानियाँ गुरु जी ने मुगल हाकमों विरुद्ध आनंदपुर चमकौर से खिदराणा विखे जड़े युद्ध करने युद्ध करने पाए इन्होंने लड़ाइये आपू आनंदपुर छ्डना प ਆਪ ਆਪਣੇ ਪਰਿਵਾਰ ਨਾਲੋਂ ਵਿਛੜ ਗਏ ਆਪ ਦੇ ਛੋਟੇ ਸਹਬਜ਼ਾਦਿਆਂ ਤੇ ਨੂੰ ਜਿਹੜਾ ਹੈਗਾ ਵਾ ਸਰਹੰਦ ਦੇ ਨਵਾਬ ਨੇ ਨੀਹਾਂ ਵਿੱਚ ਛਣਵਾ ਦਿੱਤਾ ਆਪ ਦੇ ਦੋ ਵੱਡੇ ਸਹਬਜ਼ਾਦੇ ਚਮਕੌਰ ਦੀ ਲੜਾਈ ਜਿਹੜੀ ਹੈਗੀ ਜੰਗ ਵਿੱਚ ਸ਼ਹੀਦ ਹੋ ਗਏ ਮਾਤਾ ਗੁਜਰੀ ਜੀ ਨੇ ਸਰਹੰਦ ਦੇ ਕਿਲੇ ਵਿੱਚ ਹੀ ਆਪਣੀ ਜਾਨ ਦੇ ਦਿੱਤੀ ਇੰਜੇ ਕੁਝ ਹੋਣ ਤੇ ਵੀ ਆਪ ਨੇ ਹੌਸਲਾ ਨਾ ਹਾਰਿਆ ਆਪ ਸਾਰੀ ਸਿੱਖ ਕੌਮ ਨੂੰ ਆਪਣਾ ਪਰਿਵਾਰ ਸਮਝਦੇ ਸਨ ਆਪ ਦੇ ਜੀਵਨ ਦਾ ਉਦੇਸ਼ ਇਹਨਾਂ ਸਤਰਾ ਵਿੱਚ ਜਿਹੜਾ ਹੈਗਾ ਦਰਜ ਹੈ ਯਹੀ ਕਾਜ ਤਰਾ ਹਮ ਜਨਮ ਸਮ ਸਮਝਲੇ ਹੋ ਸਾਧੂ ਸਭ ਮਨਮ धर्म चलवा चलावन संत उबारन दुष्ट दोखियन को मूल उपारण ठीक है तो देखो तलवंडी साबो विच आप मछवाड़े के जंगलों में होंदते हुए तलवंडी साबू पहुंचे इतने आप ने गुरु ग्रंथ साहिब साहब संपूर्ण किया गुरु तेग बहादुर जी की बाणी इस दर्ज की आप फिर आपने दीना कंगड़े नाँ के स्थान औरंगजेब न जफरनामा लिखा जिस लिखा कि जदों सारे ही ਨਾ ਕਾਮ ਹੋ ਜਾਂਦੇ ਹਨ ਤਾਂ ਉਹਦਾ ਤਲਵਾਰ ਉਠਾਉਣੀ ਹੀ ਧਰਮ ਹੁੰਦਾ ਹੈ ਬੰਦਾ ਸਿੰਘ ਬਹਾਦਰ ਠੀਕ ਹੈ ਜੀ ਬੰਦਾ ਬਹਾਦਰ ਨੂੰ ਪੰਜਾਬ ਵੱਲ ਤੋਰਨਾ ਅੰਤ ਜਿਹੜਾ ਹੈਗਾ ਗੁਰੂ ਜੀ ਨੇ ਜਿਹੜਾ ਹੈਗਾ ਨੰਦੇੜ ਪਹੁੰਚੇ ਇੱਥੇ ਆਪ ਦੇ ਮਾਧੋਦਾਸ ਬੇਰਾਗੀ ਨੂੰ ਸਿੱਧੇ ਰਸਤੇ ਪਾਇਆ ਆਪ ਨੇ ਉਸ ਨੂੰ ਜਿਹੜਾ ਹੈਗਾ ਸਿੰਘ ਸਜਾ ਕੇ ਉਸ ਦਾ ਨਾਮ ਜਿਹੜਾ ਹੈਗਾ ਬੰਦਾ ਬਹਾਦਰ ਰੱਖਿਆ ਤੇ ਜਲਮ ਮੁਗਲ ਰਾਜ ਦਾ ਜਿਹੜਾ ਹੈਗਾ ਟਕਰਾ ਕਰਨ ਲਈ ਪੰਜਾਬ ਵੱਲ ਭੇਜਿਆ ਠੀਕ ਹੈ ਜੋਤੀ ਜੋਤ ਸਮਾਉਣਾ ਸਨ 1707 ਈਸਵੀ ਨੂੰ ਮੁਸਲਮਾਨ ਨੇ ਆਪ ਦੇ ਜਿਹੜੇ ਹੈਗੇ ਢਿੱਡ ਵਿੱਚ ਛੂਰਾ ਮਾਰ ਕੇ ਆਪ ਨੂੰ ਜ਼ਖਮੀ ਕਰ ਦਿੱਤਾ ਅੰਤ ਆਪ 7 ਅਕਤੂਬਰ 1728 ਈਸਵੀ ਨੂੰ ਜੋਤੀ ਜੋਤ ਸਮਾ ਗਏ ਆਪ ਦੁਆਰਾ ਦੇਸ਼ ਦੇ ਕੌਮ ਲਈ ਕੁਰਬਾਨੀ ਭਰ ਦੇ ਇਤਿਹਾਸ ਵਿੱਚ ਸਦਾ ਅਮਰ रहेगी तो दोस्तों अपना जो हो गया वो अपना ठीक थी? है जी आल अपना जोड़ा लेख यानी कि गुरु गोबिंद जी वाला अपना हो गया दूसरा है दोस्तों प्रदूषण की समस्या तो दोस्तों चलो देखते हैं तो देखो लेख प्रदूषण की समस्या जादूषण अज के युग में सब तो वही समस्या है जो कि आबादी घट्टी तो कुदरती सोमे बहुत तो सन उदों तक प्रदूषण की कोई समस्या नहीं सी। वादी आबादी लोडा दया करने कुदरती साधना की वरतों जोड़ी हैगी वही है लोडा की पूरी ਪੂਰਤੀ ਲਈ ਵੱਡੇ ਵੱਡੇ ਕਾਰਖਾਨੇ ਲਾਏ ਜਾ ਰਹੇ ਹਨ ਠੀਕ ਹੈ ਜੀ ਇਹਨਾਂ ਤੇ ਇਹਨਾਂ ਤੋਂ ਜਿਹੜੇ ਹੈਗੇ ਆ ਪੈਦਾ ਹੋਣ ਵਾਲੇ ਬੇਅੰਤ ਧੁੰਦੇ ਧੂਏ ਤੇ ਹੋਰ ਜਿਹੜੇ ਹੈਗੇ ਰਹਿੰਦ ਖੁੰਦ ਨਾਲ ਵਾਤਾਵਰਣ ਜਿਹੜਾ ਹੈਗਾ ਦੋਸਤੋ ਪਲੀਤ ਹੋਣ ਲੱਗਿਆ ਹੈ ਦੂਜੇ ਪਾਸੇ ਆਪਣੀਆਂ ਲੋਡਾਂ ਦੀ ਪੂਰਤੀ ਲਈ ਮਨੁੱਖਾਂ ਨੂੰ ਜੰਗਲੇ ਕੱਟਣਾ ਸ਼ੁਰੂ ਕਰ ਦਿੱਤਾ ਹੈ ਹਵਾ ਨੂੰ ਸਾਫ਼ ਕਰਨ ਵਾਲਾ ਰੇਖਾ ਦੀ ਗਿਣਤੀ ਲਗਾਤਾਰ ਘਟ ਹੁੰਦੀ ਗਈ ਹੈ ਨਤੀਜੇ ਵਜੋਂ ਸਮੁੱਚੇ ਵਾਤਾਵਰਣ ਵਿੱਚ ਇੱਕ ਅਸੰਤੁਲਨ ਪੈਦਾ ਹੋ ਗਿਆ ਹੈ ਪ੍ਰਕਿਰਤੀ ਨੂੰ ਹਾਂਜੀ ਪ੍ਰਕਿਰਤਿਕ ਵਾਤਾਵਰਣ ਵਿੱਚ ਵੀ ਬਹੁਤ ਸਾਰੇ ਜਿਹੜੇ ਹੈਗੇ ਅਣਚਾਹੇ ਕਾਰਕ ਆ ਗਏ ਹਨ ਜਿਨ੍ਹਾਂ ਕਾਰਨ ਦੋਸਤੋ ਵਾਤਾਵਰਣ ਜਿਹੜਾ ਹੈ ਪ੍ਰਦੂਸ਼ਿਤ ਹੋਣ ਲੱਗਿਆ ਹੈ ਠੀਕ ਪ੍ਰਦੂਸ਼ਣ ਪੈਦਾ ਕਰਨ ਵਾਲੇ ਇਹਨਾਂ ਕਾਰਕਾਂ ਨੂੰ ਪ੍ਰਦੂਸ਼ਕ ਕਿਹਾ ਜਾਂਦਾ ਹੈ ਪ੍ਰਦੂਸ਼ਣ ਦੀ ਕਿਸਮ ਸਮੁੱਚੇ ਵਾਤਾਵਰਣ ਦੇ ਅਧਿਐਨ ਦੇ ਅਧਾਰ ਉੱਤੇ ਦੋਸਤੋ ਹਵਾ ਪਾਣੀ ਭੂਮੀ ਅਤੇ ਸੋਰ ਪ੍ਰਦੂਸ਼ਣ ਮੁੱਖ ਜਿਹੜੇ ਹੈਗੇ ਮੰਨੇ ਜਾਂਦੇ ਹਨ ਠੀਕ ਹੈ ਜੀ ਪਾਣੀ ਪ੍ਰਦੂਸ਼ਣ ਦੀ ਸਥਿਤੀ ਵਿੱਚ ਜਿਆਦਾ ਭਿਆਨਕ ਹੈ ਵੱਡੇ ਵੱਡੇ ਜਿਹੜੇ ਹੈਗੇ ਆ ਕਾਰਖਾਨਿਆਂ ਵਿੱਚ ਰਹਿੰਦ ਖੁੰਦ ਵੱਜੋਂ ਜਿਹੜੀ ਹੈਗਾ ਪੈਦਾ ਹੋਣ ਵਾਲੇ ਰਸਾਇਣਿਕ ਪਦਾਰਥਾ ਸ਼ਹਿਰ ਦਾ ਕੂੜਾ ਗੰਦਗੀ ਅਤੇ ਕੱਪੜੇ ਧੋਣ ਲਈ ਵਰਤੇ ਜਾਣ ਵਾਲੇ ਡਿਟਰਜੈਂਟ ਪਾਊਡਰ ਆਦ ਸਭ ਨੇ ਜਿਹੜਾ ਹੈਗਾ ਸਾਡੇ ਪਾਣੀ ਤੇ ਸੋਮਿਆਂ ਵਿੱਚੋਂ ਨਦੀਆਂ ਝੀਲਾਂ ਸਮੁੰਦਰਾਂ ਤੇ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕੀਤਾ ਹੈ ਗੰਦੇ ਪਾਣੀ ਕਾਰਨ ਪਾਣੀ ਵਿੱਚ ਰਹਿਣ ਵਾਲੇ ਜਾਨਵਰਾਂ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ ਗੰਦੇ ਪਾਣੀ ਨਾਲ ਮਨੁੱਖ ਹਮੇਸ਼ਾ ਜਿਹੜਾ ਹੈਗਾ ਮਿਆਦੀ ਬੁਖਾਰ ਅਤੇ ਦਸਤ ਵਰਗ ਵਰਗੇ ਤੱਤਾਂ ਦੀ ਜਿਆਦਾ ਮਾਤਰਾ ਜਿਹੜੀ ਹੈਗੀ ਆ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਠੀਕ ਹੈ ਜਨਮ ਦਿਨ ਦੀਆਂ ਨੇ ਅੱਗੇ ਹੈ ਦੋਸਤੋ ਹਵਾ ਪ੍ਰਦੂਸ਼ਣ ਦੇ ਕਾਰਨ ਤਾਂ ਦੇਖੋ ਹਵਾ ਸਾਡਾ ਹੈਗਾ ਜਿਹੜਾ ਹੈਗਾ ਵਾਤਾਵਰਣ ਦਾ ਅਹਿਮ ਤੱਤ ਹੈ ਜਿਹੜੇ ਕੀ ਸਾਰੇ ਜੀਵਨ ਜਗਤ ਨੂੰ ਜਿਉਂਦਾ ਰੱਖਣ ਲਈ ਜ਼ਰੂਰੀ ਹੈ ਠੀਕ ਹੈ ਜੀ ਇਹ ਵੀ ਪ੍ਰਦੂਸ਼ਿਤ ਹੋ ਰਹੀ ਹੈ ਸਾਡੇ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਬਹੁਤ ਵੱਧ ਗਈ ਹੈ ਕੋਲਾ ਪੈਟਰੋਲ ਡੀਜ਼ਲ ਅਤੇ ਹੋਰ ਬਲਣਾ ਦੀ ਵੱਧ ਵੱਧ ਰਹੀ ਵਰਤੋਂ ਇਸ ਦਾ ਪ੍ਰਮੁੱਖ ਕਾਰਨ ਹੈ ਕਾਰਖਾਨੇ ਅਤੇ ਮੋਟਰ ਗੱਡੀਆਂ ਤੋਂ ਪੈਦਾ ਹੋਣ ਵਾਲਾ ਜ਼ਹਿਰੀਲਾ ਧੂੰਆਂ ਹਵਾ ਪ੍ਰਦੂਸ਼ਣ ਵਿੱਚ ਲਗਾਤਾਰ ਵੱਧ ਰਿਹਾ ਹੈ ਠੀਕ ਹੈ ਜੀ ਸਰਕਾਰ ਦੁਆਰਾ ਪਾਬੰਦੀ ਲਗਾਈ ਜਾਣ ਤੋਂ ਬਾਵਜੂਦ ਵੀ ਕਣ ਕਤੇ ਚੋਨੇ ਦੀਆਂ ਨਾੜ ਨੂੰ ਅੱਗ ਲਾਈ ਜਾਂਦੀ ਹੈ ਜਿਸ ਨਾਲ ਪੈਦਾ ਹੋਇਆ ਮਣਾਮੂਹੀ ਧੂਆ ਹਵਾ ਨੂੰ ਜਿਹੜਾ ਹੈਗਾ ਗੰਦਲਾ ਕਰਦਾ ਹੈ ਫ੍ਰਿਜ ਅਤੇ ਏਸੀ ਵਿੱਚ ਨਿਕਲਣ ਵਾਲੇ ਕਲੋਰੋਫਲੋਰ ਕਾਰਬਨ ਓਜ਼ੋਨ ਪਰਤ ਲਈ ਕਾਤਖਾਨ ਇਹਨਾਂ ਨਾਲ ਓਜ਼ੋਨ ਪਰਤ ਦੀ ਛੇਕ ਹੋ ਰਹੇ ਹਨ ਠੀਕ ਹੈ ਜੀ ਤੇ ਅੱਗੇ ਹੈ ਦੋਸਤੋ ਆਪਣਾ ਆਲਮੀ ਤਪੱਸ ਯਾਨਕੀ ਗਲੋਬਲ ਵਰਮਿੰਗ ਜਿਹੜੀ ਹੈਗੇ ਵੱਧ ਰਹੀ ਹੈ ਜਿਸ ਨਾਲ ਗਲੇਸ਼ੀਅਰ ਪੰਗਰ ਰਹੇ ਹਨ ਅਤੇ ਸਮੁੰਦਰੀ ਪਾਣੀਆਂ ਦਾ ਪੱਧਰ ਵੀ ਜਿਹੜਾ ਹੈਗਾ ਉੱਚਾ ਹੋ ਰਿਹਾ ਹੈ ਹਵਾ ਪ੍ਰਦੂਸ਼ਣ ਕਾਰਨ ਸਾਹ ਕਿਰਿਆ ਨਾਲ ਸੰਬੰਧਿਤ ਬਿਮਾਰੀਆਂ ਵਧ ਰਹੀਆਂ ਹਨ ਅੱਗੇ ਧੂਮੀ ਅਤੇ ਪ੍ਰਦੂਸ਼ਣ ਦੇ ਕਾਰਨ ਤਾਂ ਦੇਖੋ ਖੇਤੀਬਾੜੀ ਵਿੱਚ ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਦੀ ਅਨੇਕਾਂ ਵਾਈ ਵਰਤੋਂ ਅਤੇ ਪਾਣੀ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਹੈ ਇਸ ਨਾਲ ਹੀ ਜਿੱਥੇ ਮਿੱਟੀ ਦੇ ਤੱਤਾਂ ਵਿਚਲਾ ਸੰਤੁਲਨ ਖਰਾਬ ਹੁੰਦਾ ਹੈ ਉੱਥੇ ਹੀ ਫਸਲਾਂ ਸੌਰੀ ਫਲਾਂ ਤੇ ਸਬਜ਼ੀਆਂ ਅਤੇ ਅਨਾਜਾਂ ਉਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਇਸ ਤਰ੍ਹਾਂ ਦੇ ਫਾਲੇ ਸਬਜ਼ੀਆਂ ਤੇ ਅਨਾਜ ਦੀ ਵਰਤੋਂ ਕਰਨ ਨਾਲ ਜੀਵਿਤ ਪ੍ਰਣਾਲੀਆਂ ਵਿੱਚ ਜਿਹੜਾ ਹੈਗਾ ਕਈ ਕਿਸਮ ਦੇ ਰੋਗ ਪੈਦਾ ਹੋ ਰਹੇ ਹਨ ਅੱਗੇ ਧੂਣੀ ਪ੍ਰਦੂਸ਼ਣ ਦੇ ਕਾਰਨ ਤਾਂ ਦੇਖੋ ਸੋਰ ਪ੍ਰਦੂਸ਼ਣ ਜਾਂ ਧੂਣੀ ਪ੍ਰਦੂਸ਼ਣ ਵੀ ਇੱਕ ਗੰਭੀਰ ਸਮੱਸਿਆ ਹੈ ਮੋਟਰ ਗੱਡੀਆਂ ਦੇ ਕੰਨ ਪੜਾਵੇ ਹਾਰਣ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਉੱਚੀ ਆਵਾਜ਼ ਦੇ ਚੱਲਣ ਵਾਲੇ ਡੀਜੇ ਆਦਮਨੁੱਖ ਦੇ ਜੀਉਣਾ ਦੁੱਭਰ ਜਿਹੜਾ ਹੈਗਾ ਕਰ ਦਿੱਤਾ ਹੈ ਅਰੇ ਹਸੀ ਇਲਾਕਿਆਂ ਦੇ ਨੇੜੇ ਕਾਰਖਾਨਿਆਂ ਵਿੱਚ ਆਉਣ ਵਾਲੀਆਂ ਆਵਾਜ਼ਾਂ ਸੋਰ ਪ੍ਰਦੂਸ਼ਣ ਦਾ ਜਿਹੜੀਆਂ ਹੈਗੇ ਨੇ ਕਾਰਨ ਬਣਦੀਆਂ ਹਨ ਠੀਕ ਹੈ ਜੀ ਇਹ ਪ੍ਰਦੂਸ਼ਣ ਜਿਹੜਾ ਹੈਗਾ ਦੋਸਤੋ ਤਣਾਅ ਸਿਰਦਰਦ ਉਹ ਨੀਂਦਰਾ ਖੁੰਦਾ ਦਵਾ ਵਧਣ ਅਤੇ ਕੰਨ ਦੀਆਂ ਬਿਮਾਰੀਆਂ ਦਾ ਕਾਰਨ ਜਿਹੜਾ ਹੈਗਾ ਦੋਸਤੋ ਬਣ ਸਕਦਾ ਹੈ ਅੱਗੇ ਦੋਸਤੋ ਮਨੁੱਖ ਦੁਆਰਾ ਚੀਜ਼ਾਂ ਦੀ ਦੁਰਵਰਤੋਂ ਆਪਣੇ ਸੁੱਖ ਲਈ ਜਿਹੜਾ ਹੈਗਾ ਮਨੁੱਖ ਵਰਤਨ ਉਪਰੰਤ ਜਿਹੜਾ ਹੈਗਾ ਦੋਸਤੋ ਸੁੱਟ ਦੇਣ ਵਾਲੀਆਂ ਵਸਤਾਂ ਦੀ ਵਰਤੋਂ ਜ਼ਿਆਦਾ ਕਰਨ ਲੱਗਿਆ ਹੈ ਵਿਭਿੰਨ ਸਮਾਗਮਾਂ ਵਿੱਚ ਵਰਤ ਕੇ ਸੁੱਟਣ ਵਾਲੀਆਂ ਜਿਹੜੀ ਆਪਣੀਆਂ ਕੌਲੀਆਂ ਪਲੇਟਾਂ ਗਲਾਸਾਂ ਚਮਚੀਆਂ ਦੀ ਵਰਤੋਂ ਜਿਹੜੀ ਹੈਗੀ ਕੀਤੀ ਜਾਂਦੀ ਹੈ ਖਰਾਬ ਚੀਜ਼ਾਂ ਦੀ ਮੁਰੰਮਤ ਕਰਾਉਣ ਦੀ ਥਾਂ ਨਵੀਆਂ ਚੀਜ਼ਾਂ ਖਰੀਦਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਸਾਡੀ ਅਜੇ ਇਹ ਕੰਮਾਂ ਨਾਲ ਧਰਤੀ ਇੱਕ ਜਿਹੜਾ ਹੈਗਾ ਵੱਡੇ ਕਾਰਖਾਨੇ ਦੇ ਰੂਪ ਤਰਨ ਕਰ ਰਹੀ ਹੈ ਸਾਨੂੰ ਆਪਣੀਆਂ ਲੋਡਾਂ ਨੂੰ ਸੀਮਿਤ ਰੱਖਣਾ ਚਾਹੀਦਾ ਹੈ ਦੁਬਾਰਾ ਵਰਤਣ ਯੋਗ ਚੀਜ਼ਾਂ ਨੂੰ ਵਰਤਣਾ ਚਾਹੀਦਾ ਹੈ ਅਤੇ ਖਰਾਬ ਚੀਜ਼ਾਂ ਨੂੰ ਸੁੱਟ ਕੇ ਨਵੀਂ ਖਰੀਦਣ ਦੀ ਥਾਂ ਪੁਰਾਣੀ ਚੀਜ਼ ਦੀ ਮੁਰੰਮਤ ਕਰਾਉਣੀ ਚਾਹੀਦੀ ਹੈ ਵਾਤਾਵਰਣ ਪ੍ਰਤੀ ਮਨੁੱਖੀ ਫਰਜ਼ ਠੀਕ ਹੈ ਜੀ ਤਾਂ ਦੇਖੋ ਕੀ ਹੈ ਇਹ ਦੇ ਵਿੱਚ ਧਰਤੀ ਧਰਤੀ ਅਤੇ ਇਸੇ ਦਾ ਜੀਵਨ ਜਿਹੜਾ ਹੈਗਾ ਅਨਿਕੂਲ ਵਾਤਾਵਰਣ ਦਾ ਅਨਮੋਲ ਖਜ਼ਾਨਾ ਹੈ ਮਨੁੱਖ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਆਪਣੇ ਸਵਾਰਥ ਲਈ ਤਰੱਕੀ ਦੇ ਨਾਂ ਤੇ ਇਸ ਨਾਲ ਖਿਲਵਾੜ ਕਰੇ ਆਪਣੀ ਮਾਂ ਧਰਤੀ ਦੇ ਵਾਤਾਵਰਣ ਨੂੰ ਸੰਤੁਲਨ ਰੱਖਣ ਲਈ ਸਾਨੂੰ ਸੰਭਵ ਯਤਨ ਜਿਹੜੇ ਕਰਨਾ ਚਾਹੀਦਾ ਹੈ ਤੇ ਇਹ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਦਾਰਥਿਕ ਹਾਂਜੀ ਵਧਾਰਥਿਕ ਵਸਥਾ ਨਾਲੋਂ ਜ਼ਿਆਦਾ ਹੈਗਾ ਸਾਫ਼ ਸੁਥਰਾ ਵਾਤਾਵਰਣ ਦੀ ਲੋੜ ਵਧੇਰੇ ਹੋਵੇਗੀ ਉਂਝ ਤਾਂ ਜਿਹੜਾ ਹੈਗਾ 5 ਜੂਨ ਦਾ ਦਿਨ ਹਰ ਸਾਲ ਜਿਹੜਾ ਹੈਗਾ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ ਪਰ ਅੱਜ ਪ੍ਰਦੂਸ਼ਣ ਦੀ ਸਮੱਸਿਆ ਐਨੀ ਪਹੁੰਚ ਗਈ ਹੈ ਕਿ ਸਾਡਾ ਹਰ ਪਲ ਵਾਤਾਵਰਣ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਆਪਣਾ ਹਰ ਕੰਮ ਕਰਨ ਲਈ ਤੋਂ ਆਪਣਾ ਹਰ ਕੰਮ ਕਰਨ ਤੋਂ ਪਹਿਲਾਂ ਸਾਨੂੰ ਵਾਤਾਵਰਣ ਬਾਰੇ ਸੋਚਣਾ ਚਾਹੀਦਾ ਹੈ ਜਾਗਰੂਕ ਹੋ ਕੇ ਕੰਮ ਕਰਨ ਨਾਲ ਇਹ ਸਮੱਸਿਆ ਦੂਰ ਹੋ ਸਕਦੀ ਹੈ ਠੀਕ ਹੈ ਜੀ ਵਾਤਾਵਰਣ ਪ੍ਰਤੀ ਜਾਗਰੂਕਤਾ ਠੀਕ ਹੈ ਪ੍ਰਦੂਸ਼ਣ ਯਾਨਕੀ ਪੰਜਾਬ ਪ੍ਰਦੂਸ਼ਣ ਕੰਟਰੋਲਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਤਾਵਰਣ ਦੀ ਸੰਭਾਲ ਅਤੇ ਵਧ ਰਹੇ ਪ੍ਰਦੂਸ਼ਣ ਉਤੇ ਕਾਬੂ ਪਾਉਣ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ ਮੋਟਰ ਗੱਡੀਆਂ ਦਾ ਪ੍ਰਦੂਸ਼ਣ ਚੈੱਕ ਕਰਨ ਵਾਸਤੇ ਸਰਟੀਫਿਕੇਟ ਲੈਣਾ ਵੀ ਜ਼ਰੂਰੀ ਹੈ ਠੀਕ ਹੈ ਜੀ ਭਗਤ ਪੂਰਨ ਸਿੰਘ ਪਿੰਗਲਵਾੜਾ ਵਾਤਾਵਰਣ ਦੀ ਸੰਭਾਲ ਦੇ ਅਤੇ ਪ੍ਰਦੂਸ਼ਣ ਪ੍ਰਤੀ ਜਾਗਰੂਕ ਪੈਦਾ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ ਸੰਤ ਬਲਬੀਰ ਸਿੰਘ ਸੀਚੇਵਾਲ ਵਾਤਾਵਰਣ ਦੀ ਸੰਭਾਲ ਲਈ ਲੋਕਾਂ ਵਿੱਚ ਜਿਹੜਾ ਹੈਗਾ ਵਾਤਾਵਰਣ ਸੰਬੰਧੀ ਚੇਤਨਾ ਪੈਦਾ ਕਰਨ ਲਈ ਬਹੁਤ ਹੀ ਸਮਗਰੀ ਨਾਲ ਕੰਮ ਕਰ ਰਹੇ ਹਨ ਕਈ ਹਾਂ ਕਾਲੀਵੇਈ ਦੀ ਜਿਹੜੀ ਹੈਗੀ ਵੱਡੇ ਪੱਧਰ ਤੇ ਉੱਤੇ ਸਫਾਈ ਕਰਵਾ ਕੇ ਆਪ ਨੇ ਬਹੁਤ ਹੀ ਜੜੀ ਗਿਆ ਪ੍ਰਸ਼ੰਸਾਯੋਗ ਕੰਮ ਕੀਤਾ ਹੈ ਜਿਹੀਆਂ ਸ਼ਖਸੀਤਾਂ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਤੇ ਵਾਤਾਵਰਣ ਦੀ ਸੰਭਾਲ ਵਿੱਚ ਪ੍ਰਦੂਸ਼ਣ ਘਟ ਕਰਨ ਵਿੱਚ ਸਮਰਥਨ ਅਨੁਸਾਰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਦੋਸਤੋ ਇਹ ਹੋ ਗਿਆ ਆਪਣਾ ਅਗਲਾ ਕੀ ਹੈ ਦੋਸਤੋ ਅਗਲਾ ਹੈ ਆਪਣਾ ਇਹਦੇ ਵਿੱਚ ਸ਼ਹੀਦ ਭਗਤ ਸਿੰਘ ਠੀਕ ਹੈ ਜੀ ਤਾਂ ਦੇਖਦੇ ਆਂ ਸ਼ਹੀਦ ਭਗਤ ਸਿੰਘ ਤਾਂ ਦੇਖੋ ਦੋਸਤੋ ਸ਼ਹੀਦ ਭਗਤ ਸਿੰਘ ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ ਭਾਰਤ ਦਾ ਇਤਿਹਾਸ ਦੋਸਤੋ ਦੇਸ਼ ਭਗਤਾ ਇਹ ਕੁਰਬਾਨੀਆਂ ਨਾਲ ਭਰਪੂਰ ਹੈ ਅੰਗਰੇਜ਼ੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ சிவாਜੀ ਤੇ ਰਾਣਾ ਪ੍ਰਤਾਪ ਵਰਗੀਆਂ ਦੇਸ਼ ਜਿਹੜੀ ਹੈਗੀਆਂ ਨੇ ਹਾਂਜੀ ਦੇਸ਼ ਭਗਤਾ ਨੇ ਜਿਹੜਾ ਹੈਗਾ ਦੇਸ਼ ਦੀ ਆਜ਼ਾਦੀ ਲਈ ਇੱਕ ਲੰਮਾ ਕੋਲ ਕੀਤਾ ਸ਼ਹੀਦ ਭਗਤ ਸਿੰਘ ਵੀ ਉਹਨਾਂ ਸਿਰਲੱਥ ਕੁਟਾਲਿਆਂ ਵਿੱਚੋਂ ਇੱਕ ਸੀ ਤਾਂ ਦੇਖੋ ਜਨਮ ਤੇ ਵਿਸਾਇ ਸ਼ਹੀਦ ਭਗਤ ਸਿੰਘ ਦਾ ਪਿਤਾ ਕਿਸਨ ਸਿੰਘ ਕਾਂਗਰਸ ਦਾ ਉਹਗਾ ਲੀਡਰ ਸੀ ਪਗੜੀ ਸੰਭਾਲ ਜੱਟਾ ਲਹਿਰ ਦਾ ਪ੍ਰਸਿੱਧ ਆਗੂ ਸ਼੍ਰੀ ਅਜੀਤ ਸਿੰਘ ਸ਼ਹੀਦ ਅਜੀਤ ਸਿੰਘ ਜਿਹੜਾ ਹੈਗਾ ਦੋਸਤੋ ਜਲਾਵਤਨ ਉਸ ਦਾ ਚਾਚਾ ਸੀ ਠੀਕ ਹੈ ਜੀ ਤਾਂ ਇੱਥੇ ਹੁਣ ਦੋਸਤੋ ਦੇਖੋ ਸੱਸਾ ਦੋਨੋਂ ਹੀ ਆਤਾ ਸ਼ਹੀਦ ਜਾਂ ਫਿਰ ਸ਼੍ਰੀ ਜੋ ਵੀ ਹੋ ਜਾਦਾ ਇੱਥੇ ਤਾਂ ਉਸ ਦਾ ਜਨਮ ਜਿਹੜਾ ਹੈਗਾ 28 ਸਤੰਬਰ 1907 ਈਸਵੀ ਨੂੰ ਜਿਹੜਾ ਹੈਗਾ ਚੱਕ ਨੰਬਰ 105 ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਖੜਖੜ ਕਲਾ ਜ਼ਿਲ੍ਹਾ ਜਿਹੜਾ ਹੈਗਾ ਜਲੰਧਰ ਉਸ ਦਾ ਜਿਹੜਾ ਹੈਗਾ ਜੱਦੀ ਪਿੰਡ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਕੀ ਲਿਖਿਆ ਹੈ ਉਹਨਾਂ ਨੇ ਦੇਸ਼ ਭਗਤੀ ਦੀ ਲਗਨ ਠੀਕ ਹੈ ਬਚਪਨ ਵਿੱਚ ਜਲਿਆਂ ਵਾਲੇ ਬਾਗ ਦੇ ਖੂਨੀ ਕਾਂਡ ਨੇ ਉਸ ਦੇ ਮਨ ਉੱਪਰ ਬਹੁਤ ਹੀ ਅਸਰ ਪਾਇਆ ਫਿਰ ਇੱਕ ਪਾਸੇ ਗੁਰਦੁਆਰਾ ਲਹਿਰ ਤੇ ਦੂਜੇ ਪਾਸੇ ਗਾਂਧੀ ਜੀ ਦੀ ਨਾਮਿਲਵਰਤਨ ਲਹਿਰ ਚੱਲ ਪਈ ਇਸ ਸਮੇਂ ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਾਈ ਕਰਦਾ ਸੀ ਠੀਕ ਹੈ ਜੀ 1925 ਇਸਵੀ ਵਿੱਚ ਜਿਹੜਾ ਹੈਗਾ ਸ਼ਹੀਦ ਭਗਤ ਸਿੰਘ ਸੁਖਦੇਵ ਤੇ ਆਪਣਾ ਭਗਵਤੀ ਚਰਨ ਤੇ ਦੋਸਤੋ ਜਿਹੜਾ ਹੈਗਾ ਤਨਵਰਤੀ ਆਧਨੇ ਨੌਜਵਾਨ ਭਾਰਤ ਸਭਾ ਬਣਾਈ ਅਤੇ ਅੰਗਰੇਜ਼ਾਂ ਵਿਰੁੱਧ ਜਿਹੜਾ ਹੈਗਾ ਕੋਲ ਆਰੰਭ ਕਰ ਦਿੱਤਾ ਸਾਂਟਰਾਸ ਨੂੰ ਮਾਰਨਾ ਫਿਰ ਜਿਹੜਾ ਹੈਗਾ ਬਾ ਸ਼ਹੀਦ ਭਗਤ ਸਿੰਘ ਨੇ ਉਸ ਦੇ ਸਾਥੀਆਂ ਨੂੰ ਜਿਹੜਾ ਹੈਗਾ ਦੋਸਤੋ ਜਿਹੜਾ ਹੈਗਾ ਇੱਥੇ ਆਪਣਾ ਸਾਥੀਆਂ ਨੇ ਦੋਸਤੋ ਜਿਹੜਾ ਹੈਗਾ ਲਾਲਾ ਲਾਜਪਤ ਰਾਏ ਦੇ ਕਾਤਲ ਜਿਹੜਾ ਹੈਗਾ ਦੋਸਤੋ ਮਿਸਟਰ ਸਕਾਟ ਨੂੰ ਮਾਰਨ ਦਾ ਜਿਹੜਾ ਹੈਗਾ ਫੈਸਲਾ ਕੀਤਾ ਇਸੇ ਸਮੇਂ ਦੋਸਤੋ ਸਕਾਟ ਦੀ ਥਾਂ ਜਿਹੜਾ ਹੈਗਾ ਵਾ ਸੰਡਸ ਮੋਟਰਸਾਈਕਲ ਉੱਪਰ ਜਿਹੜਾ ਹੈਗਾ ਘਰ ਨੂੰ ਜਾ ਰਿਹਾ ਸੀ ਠੀਕ ਹੈ ਜੀ ਤਾਂ ਰਾਜਗੁਰੂ ਦੇ ਭਗਤ ਸਿੰਘ ਦੀਆਂ ਗੋਲੀਆਂ ਨਾਲ ਦੋਸਤੋ ਉਹ ਜਿਹੜੇ ਹੈਗੇ ਆ ਚਿੱਤ ਹੋ ਗਿਆ ਉਹ ਗੋਲੀਆਂ ਚਲਾਉਂਦੇ ਹੋਏ ਦੋਸਤੋ ਬਚ ਕੇ ਨਿਕਲ ਗਏ ਉਸੇ ਰਾਤ ਦੋਸਤੋ ਭਗਤ ਸਿੰਘ ਤੇ ਰਾਜਗੁਰੂ ਕਲਕੱਤੇ ਯਾਨੀ ਕਿ ਕੋਲਕਾਤਾ ਲਈ ਜਿਹੜੀ ਹੈ ਗੱਡੀ ਚੜ ਗਏ ਤੇ ਪੁਲਿਸ ਦੇ ਹੱਥ ਨਹੀਂ ਅਸੈਂਬਲੀ ਵਿੱਚ ਬੰਬ ਸੁੱਟਣਾ ਫਿਰ ਭਗਤ ਸਿੰਘ ਦੀ ਪਾਰਟੀ ਨੇ ਦਿੱਲੀ ਦੀ ਵੱਡੀ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਜਿਹੜਾ ਹੈਗਾ ਪ੍ਰੋਗਰਾਮ ਬਣਾਇਆ ਤੇ 8 April 1929 ਵਿੱਚ ਜਿਹੜਾ ਹੈਗਾ ਭਗਤ ਸਿੰਘ ਤੇ BK ਦੱਤ ਨੇ ਤਮਾਕੇ ਵਾਲੇ ਦੋ ਬੰਬ ਅਸੈਂਬਲੀ ਦੇ ਵਿੱਚ ਸੁੱਟੇ ਠੀਕ ਹੈ ਜੀ ਤੇ ਸਭ ਪਾਸੇ ਜਿਹੜਾ ਹੈਗਾ ਜਾਨਾਂ ਬਚਾਉਣ ਲਈ ਭੱਜੜ ਮੱਚ ਗਈ ਭਗਤ ਸਿੰਘ ਨੇ ਦੱਤ ਭਗਤ ਸਿੰਘ ਤੇ ਦੱਤ ਉੱਥੋਂ ਜਿਹੜਾ ਹੈਗਾ ਭੱਜੋ ਨਾ ਭੱਜੇ ਨਹੀਂ ਸੱਗੋ ਜਿਹੜਾ ਹੈਗਾ ਇਨਕਲਾਬ ਦਾ ਅਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਰਹੇ ਤੇ ਗ੍ਰਿਫਤਾਰੀ ਦੇ ਦਿੱਤੀ ਠੀਕ ਹੈ ਜੀ ਉਹਨਾਂ ਦੇ ਅਸੈਂਬਲੀ ਵਿੱਚ ਸੁਟੇ ਇਸਤਿਹਾਰਾ ਉੱਪਰ ਜਿਹੜੇ ਹੈਗਾ ਲਿਖਿਆ ਹੋਇਆ ਸੀਗਾ ਕਿ ਉਹਨਾਂ ਨੇ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸਗੋ ਅੰਗਰੇਜ਼ਾਂ ਦੇ ਕੰਨ ਖੋਲਣ ਲਈ ਸੁਟੇ ਸੀ ਕੈਦ ਤਾਂ ਸਰਕਾਰ ਨੇ ਜਿਹੜਾ ਹੈਗਾ ਉਹ ਮੁਕਦਮੇ ਦਾ ਡਰਾਮਾ ਕਰਕੇ ਬੰਬ ਸੁਟਣ ਦੇ ਦੋਸ਼ ਵਿੱਚ ਭਗਤ ਸਿੰਘ ਤੇ ਵਿਕੇ ਦੱਤ ਨੂੰ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਫਿਰ ਉਹਨਾਂ ਨੂੰ ਜੇਲ੍ਹ ਦੇ ਦਰੁਗਿਆਂ ਦੇ ਬੁਰੇ سلوਕ ਦਾ ਵਿਰਧਪੁਖੜਤਾਲ ਕਰ ਦਿੱਤੀ ਫਾਂਸੀ ਦੀ ਸਜ਼ਾ ਭਗਤ ਸਿੰਘ ਅਤੇ ਹੋਰਾਂ ਉਤੇ ਸੰਡਰਸ ਦੇ ਕਤਲ ਦਾ ਮਕਦਮਾ ਵੀ ਚੱਲ ਰਿਹਾ ਸੀਗਾ ਅੰਗਰੇਜ਼ਾਂ ਦੀ ਬਣਾਈ ਸਪੈਸ਼ਲ ਅਦਾਲਤ ਸਾਹਮਣੇ ਭਗਤ ਸਿੰਘ ਅਤੇ ਹੋਰਾਂ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾ ਉਤੇ ਪਰਦਾ ਲਾਇਆ ਆਪਨੇ अपने मुकदमे समय बड़ी ही निडरता का सबूत दिता आप आम करके गाय करते सन सिर्फ रोसी की तमन्ना अब हमारे दिल में है देखना है जोर कितना बाजुए कातल में है अगे है दोस्तों देखो अपना अदालत ने सत्तर अक्टूबर उन्नीस सौ तीन भगत सिंह सुखदेव के राजगुरु ने फांसी की जिड़ी सज़ा सुनाई इस समय गांधी जी का लूण का मोर्चा चल रहा है गा, गांधी ਜਿਹੜੇ ਹੈਗੇ ਆ ਈਰੋ 1 ਸਮਝੌਤੇ ਨਾਲ ਮੋਰਚਾ ਖਤਮ ਹੋ ਗਿਆ ਹੁਣ ਲੋਕ ਇਹ ਆਸ ਕਰਦੇ ਸਨ ਕਿ ਹੋਰ ਨਾ ਕੈਦੀਆਂ ਨਾਲ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਵੀ ਜਿਹੜੇ ਹੈਗੇ ਛੱਡ ਦਿੱਤੇ ਜਾਣਗੇ ਇਸ ਸਮੇ ਲੋਕ ਬੜੇ ਜੋਸ਼ ਵਿੱਚ ਸਨ ਅੰਗਰੇਜ਼ ਸਰਕਾਰ ਨੇ ਲੋਕਾਂ ਤੋਂ ਡਰਦਿਆਂ 23 ਮਾਰਚ 1931 ਨੂੰ ਰਾਤ ਵੇਲੇ ਹੀ ਉਹਨਾਂ ਨੂੰ ਜਿਹੜੀ ਹੈਗੀ ਫਾਸੀ ਲਾਇਆ ਠੀਕ ਹੈ ਜੀ ਤੇ ਲੋਥਾ ਵਾਰਸਾਂ ਦੇ ਹਵਾਲੇ ਜਿਹੜਾ ਹੈਗਾ ਵਾ ਕਰਨ ਦੀ ਥਾਂ ਦੋਸਤੋ ਪਿਛਲੇ ਪਾਸੇ ਹੀ ਜਿਹੜੀ ਹੈਗੇ ਨੇ ਹਾਂਜੀ ਦਰਵਾਜਾ ਅਾ ਥਾਣੀ ਦੋਸਤੋ ਕਟਕ ਕੇ ਫਿਰੋਜ਼ਪੁਰ ਪਹੁੰਚਾ ਦਿੱਤੀਆਂ ਤਿੰਨਾ ਦੀ ਇਕੱਠੀ ਜਿਹੜੀ ਹੈਗਾ ਚਿਖਾ ਬਣਾ ਕੇ ਦੋਸਤੋ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤਾ ਗਿਆ ਅੱਧ ਸੜੀਆਂ ਲਾਸ਼ਾਂ ਪੁਲਿਸ ਨੇ ਦਰਿਆ ਸਤਲੁਜ ਵਿੱਚ ਰੋੜ ਦਿੱਤੀਆਂ ਆਜ਼ਾਦੀ ਦੀ ਲਹਿਰ ਦਾ ਹੋਰ ਤੇਜ ਹੋਣਾ ਠੀਕ ਹੈ ਜੀ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਇਸ ਕੁਰਬਾਨੀ ਨੇ ਜਿਹੜਾ ਹੈਗਾ ਸਾਰੇ ਦੇਸ਼ ਨੂੰ ਜਿਹੜਾ ਹੈਗਾ ਜਗ੍ਹਾ ਦਿੱਤਾ ਤੇ ਲੋਕ ਅੰਗਰੇਜ਼ਾਂ ਨੂੰ ਭਾਰਤ ਵਿੱਚ ਕੱਢਣ ਲਈ ਹੋਰ ਵੀ ਜਿਹੜਾ ਹੈਗਾ ਵਾ ਹੋਰ ਵੀ ਜਰਨਲ ਜਿਹੜਾ ਹੈਗਾ ਕਾਲ ਕਰਨ ਲੱਗੇ ਅੰਤ ਦੋਸਤੋ 15 ਅਗਸਤ 1947 ਨੂੰ ਅਜੇ ਸਿਰ ਲੱਥ ਜਿਹੜਾ ਹੈਗਾ ਸੂਰਮਿਆਂ ਦੀ ਕੁਰਬਾਨੀਆਂ ਸਦਕਾ ਜਿਹੜਾ ਹੈਗਾ ਭਾਰਤ ਆਜ਼ਾਦ ਹੋ ਗਿਆ ਠੀਕ ਹੈ ਜੀ ਤੇ ਹੁਣ ਦੋਸਤੋ ਅਗਲਾ ਦੇਖ ਲੈਣੇ ਆ ਅਗਲਾ ਕੀ ਹੈ 26 ਜਨਵਰੀ ਠੀਕ ਹੈ ਜੀ ਤਾਂ 26 ਜਨਵਰੀ ਦਾ ਦੇਖਦੇ ਆ ਚਲੋ ਦੋਸਤੋ ਹਾਂ ਜੀ ਤਾਂ ਦੇਖੋ ਦੋਸਤੋ 26 ਜਨਵਰੀ ਤਾਂ ਦੇਖੋ ਕੀ ਇਹ ਵਿੱਚ ਆਜ਼ਾਦੀ ਦੇ ਇਤਿਹਾਸ ਵਿੱਚ ਜਿਹੜਾ ਹੈਗਾ ਮਹੱਤਵ 26 ਜਨਵਰੀ ਦਾ ਦਿਨ ਦੋਸਤੋ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਤੇ ਆਜ਼ਾਦੀ ਮਿਲਣ ਤੋਂ ਪਿੱਛੇ ਤੇ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ ਜਦੋਂ ਭਾਰਤ ਵਿੱਚ ਆਜ਼ਾਦੀ ਦਾ ਅੰਦੋਲਨ ਚੱਲ ਰਿਹਾ ਸੀ ਤਾਂ 31 ਦਸੰਬਰ 1929 ਨੂੰ ਜਿਹੜਾ ਹੈਗਾ ਵਾ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਨੇ ਲੋਹਰ ਵਿਖੇ ਜਿਹੜਾ ਆਪਣੇ ਸਾਲਾਨਾ ਸਮਾਗਮ ਵਿੱਚ ਇੱਕ ਮਤੇ ਰਹੀ ਅੰਗਰੇਜ਼ ਤੋਂ ਜਿਹੜਾ ਹੈਗਾ ਪੂਰਨ ਆਜ਼ਾਦੀ ਦੀ ਮੰਗ ਕੀਤੀ ਤੇ ਨਾਲ ਹੀ ਹਰ ਸਾਲ 26 ਜਨਵਰੀ ਭਾਰਤ ਦੀ ਆਜ਼ਾਦੀ ਦਾ ਦਿਨ ਮਨਾਉਣ ਦਾ ਫੈਸਲਾ ਕੀਤਾ। ਆਜ਼ਾਦ ਭਾਰਤ ਦਾ ਸੰਵਿਧਾਨ ਲੱਗੂ ਹੋਣਾ ਉਸ ਦਿਨ ਤੋਂ ਲੈ ਕੇ ਭਾਰਤ ਦੇ ਆਜ਼ਾਦ ਹੋਣ ਤੱਕ ਦਿਨ ਜਿਹੜਾ ਹੈਗਾ ਪੂਰਨ ਆਜ਼ਾਦੀ ਮੰਗ ਨੂੰ ਲੈ ਕੇ ਮਨਾਇਆ ਜਾਂਦਾ ਹੈ ਰਿਹਾ ਹੈ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ ਫਿਰ ਜਿਹੜਾ ਹੈਗਾ ਸੁਤੰਤਰ ਭਾਰਤ ਸੰਵਿਧਾਨ ਬਣਾਉਣ ਦਾ ਕੰਮ ਜਿਹੜਾ ਹੈਗਾ ਸ਼ੁਰੂ ਹੋਇਆ ਤੇ ਇਹ ਜਿਹੜਾ ਹੈਗਾ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲੱਗ ਹੋਇਆ ਜਿਸ ਰਾਹੀਂ ਦੋਸਤੋ ਭਾਰਤ ਨੂੰ ਜਿਹੜਾ ਹੈਗਾ ਸੁਤੰਤਰ ਖੁਦਾ ਮਖਤੂਰ ਹਾਂਜੀ ਆ ਦੇਖੋ ਖੁਦਮ ਖਤਾਰ ਠੀਕ ਹੈ ਜੀ ਗਣਤੰਤਰ ਐਲਾਨ ਕਰ ਦਿੱਤਾ ਗਿਆ ਭਾਰਤ ਵਿੱਚ ਲੋਕਾਂ ਦਾ ਰਾਜ ਕਾਇਮ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਭਾਰਤ ਵਾਸੀਆਂ ਨੂੰ ਬੋਲਣ ਲਿਖਣ ਤੁਰਨ ਫਿਰਨ ਜਾਇਦਾਦ ਦਾ ਜਾਇਦਾਦ ਬਣਾਉਣ ਅਤੇ ਵੋਟਾਂ ਪਾਉਣ ਦੇ ਬੁਨਿਆਦੀ ਅਧਿਕਾਰ ਦਿੱਤੇ ਗਏ ਇਸ ਸੰਵਿਧਾਨ ਅਨੁਸਾਰ ਅੱਜ ਭਾਰਤ ਵਿੱਚ ਰਾਜ ਕਾਜ ਜਿਹੜਾ ਹੈਗਾ ਚਲਾਇਆ ਜਾ ਰਿਹਾ ਹੈ ਤੇ ਅੱਗੇ ਲਿਖਿਆ ਦੋਸਤੋ ਸਮਾਗ ਸਮਾਗਮ ਤੇ ਰੌਣਕਾਂ ਇਸ ਪ੍ਰਕਾਰ 26 ਜਨਵਰੀ ਦਾ ਦਿਨ ਭਾਰਤੀ ਲੋਕਾਂ ਲਈ ਬਹੁਤ ਹੀ ਜਿਹੜਾ ਹੈਗਾ ਮਹਾਨਤਾ ਭਰਿਆ ਦਿਨ ਹੈ ਹਰ ਸਾਲ ਭਾਰਤੀ ਇਸ ਦਿਨ ਜਿਹੜਾ ਹੈਗਾ ਬੜੇ ਹੀ ਉਤਸ਼ਾਹ ਨਾਲ ਜਿਹੜਾ ਹੈਗਾ ਮਨਾਉਂਦੇ ਹਨ ਇਸ ਦਿਨ ਜਿਹੜਾ ਹੈਗਾ ਵਾ ਇਸ ਤੋਂ ਇੱਕ ਦਿਨ ਜਿਹੜਾ ਹੈਗਾ ਪਹਿਲਾ ਰਾਸ਼ਟਰਪਤੀ ਜੀ ਰੇਡੀਏ ਤੇ ਰੇਡੀਓ ਤੇ ਦੋਸਤੋ ਕੌਮ ਦੇ ਨਾਮ ਆਪਣਾ ਜਿਹੜਾ ਹੈਗਾ ਸੁਨੇਹਾ ਪ੍ਰਸਾਰਿਤ ਕਰਦੇ ਹਨ ਇਸ ਦਿਨ ਸਵੇਰ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਜੀ ਜਿਹੜੇ ਹੈਗੇ ਆ ਵਿਜੇ ਚੌਕ ਠੀਕ ਹੈ ਜੀ ਵਿਜੇ ਚੌਕ ਵਿੱਚ ਜਿਹੜਾ ਹੈਗਾ ਝੰਡਾ ਲਹਿਰਾਉਣ ਮਗਰੋਂ ਤਿੰਨ ਫੌਜਾਂ ਦੇ ਯੂਨਿਟਾਂ ਨੂੰ ਸਲਾਮੀ ਲੈਂਦੇ ਹਨ ਇਸੇ ਸਮੇਂ ਦੇਸ਼ ਦੇ ਫੌਜੀ ਸ਼ਕਤੀ ਵਿਗਿਆਨਿਕ ਤੇ ਆਪਣੇ ਸਨਤੀ ਖੇਤਰਾਂ ਵਿੱਚ ਜਿਹੜਾ ਹੈਗਾ ਵਾ ਤਰੱਕੀ ਦਾ ਦੋਸਤੋ ਭਾਰੀ ਪ੍ਰਦਰਸ਼ਨ ਕੀਤਾ ਜਾਂਦਾ ਹੈ ਲੋਕ ਦੂਰ ਦੂਰ ਦਿੱਲੀ ਵਿੱਚ ਜਿਹੜਾ ਹੈਗਾ ਵਾ 26 ਜਨਵਰੀ ਦੀਆਂ ਰੌਣਕਾਂ ਦੇਖਣ ਆਉਂਦੇ ਹਨ ਇਸੇ ਸਮੇਂ ਫੌਜ ਪੁਲਿਸ ਕਾਲਜ ਦੇ ਮੁੰਡੇ ਕੁੜੀਆਂ ਸਕਾਉਟਾਂ ਵਾਲ ਸਕਾਉਟਾਂ ਵਾਲੋ ਦੋਸਤੋ ਸਾਰੇ ਸ਼ਹਿਰ ਵਿੱਚ ਜਲੂਸ ਕੱਢਿਆ ਜਾਂਦਾ ਹੈ ਫੌਜ ਤੇ ਪੁਲਿਸ ਯੂਨਿਟ ਆਪਣੇ ਆਪਣੇ ਨਾਲ ਹਥਿਆਰ ਲੈ ਕੇ ਚੱਲਦੇ ਹਨ ਜਲੂਸ ਦੇ ਆਲਾ ਦਵਾਲਾ ਤਿਰੰਗੇ ਝੰਡਿਆਂ ਨਾਲ ਜਿਹੜਾ ਹੈਗਾ ਸਜਿਆ ਹੁੰਦਾ ਹੈ ਹਵਾਈ ਜਹਾਜ਼ ਫੁੱਲਾਂ ਦੀ ਵਰਖਾ ਕਰਦੇ ਹਨ ਠੀਕ ਹੈ ਭਾਰਤ ਦੇ ਕੋਨੇ-ਕੋਨੇ ਵਿੱਚ ਲੋਕ ਨਾਚ ਨੱਚਣ ਵਾਲੀਆਂ ਟੋਲੀਆਂ ਆਉਂਦੀਆਂ ਹਨ ਅਤੇ ਨੈਸ਼ਨਲ ਸਟੇਡੀਅਮ ਦੇ ਵਿਸ਼ਾਲ ਮੰਚ ਉੱਤੇ ਆਪਣਾ ਨਾਚ ਪੇਸ਼ ਕਰਦੀਆਂ ਹਨ ਠੀਕ ਹੈ ਜੀ ਲੱਖਾਂ ਦਰਸ਼ਕ ਬਿਨਾਂ ਨਾਚਾ ਦਾ ਆਨੰਦ ਮਾਣਦੇ ਸਾਰਾ ਦਿਨ ਜਿਹੜਾ ਹੈਗਾ ਰਸਤਾ ਨਹੀਂ ਵਿੱਚ ਜਿਹੜਾ ਹੈਗਾ ਦੋਸਤੋ ਚਹਲ ਪਹਲ ਰਹਿੰਦੀ ਹੈ ਇਹਨਾਂ ਰੌਣਕਾਂ ਵਿੱਚ ਵਿਦੇਸ਼ੀ ਜਿਹੜੇ ਹੈਗੇ ਆ ਪੁਰਾਣੇ ਵੀ ਜਿਹੜੇ ਹੈਗੇ ਦੋਸਤੋ ਆਪਣੇ ਹਾਂਜੀ ਭਗ ਲੈਂਦੇ ਹਨ ਠੀਕ ਹੈ ਜੀ ਰਾਤ ਨੂੰ ਅਤੀਸ਼ਵਾਜੀ ਤੇ ਪਟਾਕਿਆਂ ਨਾਲ ਦੋਸਤੋ ਇਸ ਦੀਆਂ ਜਿਹੜੀਆਂ ਖੁਸ਼ੀਆਂ ਵਿੱਚ ਵਾਧਾ ਕੀਤਾ ਜਾਂਦਾ ਹੈ ਥਾ-ਥਾ ਸਮਾਗਮ ਅਤੇ ਜਲੂਸ ਇਸ ਤੋਂ ਬਿਨਾ ਦੇਸ਼ ਦੇ ਹੋਰ ਵੱਡੇ ਵੱਡੇ ਸ਼ਹਿਰਾਂ ਤੇ ਪਰਦੇਸ਼ਾਂ ਦੀਆਂ ਰਾਸਤਾਨੀਆਂ ਵਿੱਚ ਮੁੱਖ ਮੰਤਰੀ ਤੇ ਸਰਕਾਰੀ ਅਫਸਰ ਚੰਢਾ ਲਹਿਰਉਣ ਦੀਆਂ ਰਸਮਾਂ ਨੂੰ ਅਦਾ ਕਰਦੇ ਹਨ ਇਸ ਸਮੇਂ ਫੁੱਲਾਂ ਦੀ ਵਰਖਾ ਕਰਦੇ ਹਨ ਅਤੇ ਇਹਨਾਂ ਸਮਾਗਮਾਂ ਵਿੱਚ ਲੋਕ ਬੜੀ ਉੱਚਾ ਨਾਲ ਪਹੁੰਚਦੇ ਹਨ ਤੇ ਇਸ ਸਮੇਂ ਵਜ਼ੀਰਾਂ ਸਰਕਾਰੀ ਅਫਸਰਾਂ ਤੇ ਹੋਰਨਾਂ ਲੀਡਰਾਂ ਦੇ ਭਾਸ਼ਣ ਵੀ ਹੁੰਦੇ ਹਨ ਜੋ ਜਨਤਾ ਨੂੰ ਇਸ ਦੀ ਮਹਾਨਤਾ ਤੋਂ ਜਾਣੂ ਕਰਵਾਉਣ ਅਤੇ ਦੇਸ਼ ਭਗਤੀ ਦੇ ਲੋਗ ਰਚ ਪ੍ਰਤੀ ਸਤਿਕਾਰ ਦੀ ਭਾਵਨਾ ਕਰਦੇ ਹਨ ਇਸ ਦਿਨ ਸ਼ਹਿਰਾਂ ਵਿੱਚ ਵੱਡੇ ਵੱਡੇ ਜਲੂਸ ਵੀ ਕੱਢੇ ਜਾਂਦੇ ਹਨ ਇਸ ਪ੍ਰਕਾਰ 26 ਜਨਵਰੀ ਦਾ ਦਿਨ ਪਾਰ ਦੇ ਇਤਿਹਾਸ ਵਿੱਚ ਬੜੀ ਮਹੱਤਤਾ ਰੱਖਦਾ ਹੈ ਠੀਕ ਹੈ ਜੀ ਤਾਂ ਇਹ ਦੋਸਤੋ ਆਪਣਾ ਹੋ ਗਿਆ 26 ਜਨਵਰੀ ਤੇ ਹੁਣ ਦੋਸਤੋ ਆਪਣਾ ਅਗਲਾ ਕੀ ਹੈ ਇੱਥੇ ਸਾਡੇ ਮੇਲੇ ਅਤੇ ਤਿਉਹਾਰ ਦਾ ਚਲੋ ਦੇਖਦੇ ਹਾਂ ਦੋਸਤੋ ਸਾਡੇ ਮੇਲੇ ਤੇ ਤਿਉਹਾਰ ਤਾਂ ਦੇਖੋ ਜਾਣ ਪਛਾਣ ਪੰਜਾਬ ਮੇਲਿਆਂ ਦਾ ਤਿਉਹਾਰਾਂ ਦਾ ਦੇਸ਼ ਹੈ ਤਿਉਹਾਰ ਉਸ ਖਾਸ ਦਿਨ ਨੂੰ ਕਹਿੰਦੇ ਹਨ ਜਿਸ ਦਿਨ ਦੋਸਤੋ ਕੋਈ ਇਤਿਹਾਸਿਕ ਜਾਂ ਇਤਿਹਾਸਿਕ ਜਾਂ ਧਾਰਮਿਕ ਜਾਂ ਫਿਰ ਦੋਸਤੋ ਸਮਾਜਿਕ ਉਤਸਵ ਮਨਾਇਆ ਜਾਂਦਾ ਹੈ ਇਹਨਾਂ ਦਾ ਸਬੰਧ ਦੋਸਤੋ ਵਿਸ਼ੇਸ਼ ਵਿਅਕਤੀਆਂ ਨਾਲ ਜਾਂ ਉਹਨਾਂ ਨਾਲ ਸਬੰਧਕ ਘਟਨਾ ਤੇ ਰੁੱਤਾਂ ਨਾਲ ਹੁੰਦਾ ਹੈ ਇਹ ਸਾਡੇ ਜੀਵਨ ਦਾ ਦੋਸਤੋ ਅਨਿੱਖੜਵਾ ਅੰਗ ਹੈ ਨਾ ਠੀਕ ਹੈ ਜੀ ਇਹਨਾਂ ਨੂੰ ਮਨਾਉਣ ਲਈ ਥਾਂ ਥਾਂ ਜਿਹੜੇ ਹੈਗੇ ਆ ਮੇਲੇ ਲੱਗਦੇ ਹਨ ਹਰ ਥਾਂ ਆਪਣੇ ਰਿਵਾਜ ਮੁਤਾਬਕ ਮੇਲੇ ਲੱਗਦੇ ਹੰਤੇ ਤੇ ਤਿਉਹਾਰ ਮਨਾਏ ਜਾਂਦੇ ਹਨ ਦੇਖੋ ਪੁਆਇੰਟ ਕੀ ਹੈ ਪਹਿਲਾ ਇਹਦੇ ਵਿੱਚ ਪੰਜਾਬ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਪੰਜਾਬ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ ਜਿਸ ਵਿੱਚ ਤਰ੍ਹਾਂ ਜਿਸ ਵਿੱਚ ਤਰ੍ਹਾਂ ਕਹਿ ਲਈਏ ਕਿ ਪੰਜਾਬ ਵਿੱਚ ਨਿਤ ਮੇਲੇ ਲੱਗਦੇ ਹਨ ਤਾਂ ਠੀਕ ਹੀ ਹੋਵੇਗਾ ਸਾਲ ਵਿੱਚ ਕੋਈ ਮਹੀਨਾ ਅਜੇ ਹਾ ਹੁੰਦਾ ਹੈ ਜਦੋਂ ਕੋਈ ਤਿਉਹਾਰ ਨਾ ਮਨਾਇਆ ਜਾਵੇ ਦੀਵਾਲੀ ਦਸਹਿਰਾ ਵਿਸਾਖੀ ਠੀਕ ਹੈ ਜੀ ਵਿਸਾਖੀ ਬਸੰਤ ਲੋੜੀ ਮਾਗੀ ਹੋਲੀ ਹੋਲਾ ਮੱਲਾ ਜਰਗਦਾ ਮੇਲਾ ਰੋਸ਼ਨੀ ਜਗਰਾਓ ਦਾ ਮੇਲਾ ਤੇ ਹੋਰ ਕਈ ਮੇਲੇ ਗੁਰਪੁਰਬ ਜੋ ਇਤਿਹਾਸ ਗੁਰਪੁਰਬ ਜੋ ਦੋਸਤੋ ਜਿਹੜਾ ਕਿ ਇਤਿਹਾਸਿਕ ਮਹੱਤਤਾ ਰੱਖਦੇ ਹਨ ਠੀਕ ਹੈ ਜੀ ਬੜੇ ਹੀ ਉਤਸ਼ਾਹ ਨਾਲ ਜਿਹੜਾ ਮਨਾਏ ਜਾਂਦੇ ਹਨ ਇਹਨਾਂ ਤਿਉਹਾਰਾਂ ਅਤੇ ਮੇਲਿਆਂ ਦਾ ਹਰ ਪੁਰਸ਼ ਔਰਤ ਬੱਚੇ ਬੁੱਢੇ ਤੇ ਮੁਟਿਆਰ ਨੂੰ ਬੜਾ ਹੀ ਚਾਹ ਹੁੰਦਾ ਹੈ ਲੋੜੀ ਅਤੇ ਮਾਗੀ ਦਾ ਤਿਉਹਾਰ ਠੀਕ ਹੈ ਜੀ ਤਾਂ ਦੇਖੋ ਲੋੜੀ ਅਤੇ ਮਾਗੀ ਦਾ ਤਿਉਹਾਰ ਜੇਕਰ ਦੋਸਤੋ ਅਸੀਂ ਪੂਰੇ ਸਾਲ ਦੇ ਤਿਉਹਾਰਾਂ ਤੇ ਨਜ਼ਰ ਮਾਰੀਏ ਤਾਂ ਨਵੇਂ ਸਾਲ ਤੋਂ ਆਰੰਭ ਜਿਹੜਾ ਹੈਗਾ ਵਾ ਆਰੰਭ ਵਿੱਚ ਹੀ ਲੋੜੀ ਦਾ ਤਿਉਹਾਰ ਆ ਜਾਂਦਾ ਹੈ ਲੋੜੀ ਮੰਗਦੇ ਮੁੰਡੇ ਕੁੜੀਆਂ ਆਪਣੇ ਗੀਤ ਨਾਲ ਜਿਹੜਾ ਹੈਗਾ ਵਾਤਾਵਰਣ ਨੂੰ ਜਿਹੜਾ ਹੈਗਾ ਸੁਹਾਵਨਾ ਬਣਾ ਦਿੰਦੇ ਹਨ ਇਹ ਤਿਉਹਾਰ ਮਾਗੀ ਦੀ ਸੰਗ੍ਰਾਂਤ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ਦਿਨਾਂ ਦੇ ਘਰ ਜਿਨ੍ਹਾਂ ਦੇ ਘਰ ਦੋਸਤੋ ਵਿਆਹ ਹੋਇਆ ਹੋਵੇ ਠੀਕ ਹੈ ਜਾਂ ਫਿਰ ਮੁੰਡੇ ਦਾ ਜਨਮ ਹੋਇਆ ਹੋਵੇ ਉਸ ਘਰ ਵਿੱਚ ਲੋੜੀ ਖਾਸ ਤੌਰ ਤੇ ਮਨਾਈ ਜਾਂਦੀ ਹੈ ਠੀਕ ਹੈ ਜੀ ਇੱਕ ਵੱਡੀ ਤੋਣੀ ਬਾਲ ਕੇ ਦੋਸਤੋ ਗੀਤ ਗਾਏ ਜਾਂਦੇ ਹਨ ਤੇ ਨੱਚ ਨਚੇ ਜਾਂਦੇ ਹਨ ਮੂੰਗਫਲੀਆਂ ਤੇ ਰੋੜੀਆਂ ਵੰਡੀਆਂ ਜਾਂਦੀਆਂ ਹਨ ਅੱਜ ਕੱਲ ਦੋਸਤੋ ਦੋਸਤਾ ਮਿੱਤਰਾਂ ਨੂੰ ਇਕੱਠੇ ਕਰਕੇ ਜਿਹੜਾ ਹੈਗਾ ਖਾਸ ਪਕਵਾਨ ਜਿਹੜੇ ਹੈਗੇ ਬਣਾ ਕੇ ਤੇ ਤਿਉਹਾਰ ਮਨਾਇਆ ਜਾਂਦਾ ਹੈ ਲੋੜੀ ਤੇ ਉਹ ਅਗਲੇ ਦਿਨ ਮਾਗੀ ਦਾ ਪਵਿੱਤਰ ਤਿਉਹਾਰ ਹੁੰਦਾ ਹੈ ਇਸ ਦਿਨ ਦੋਸਤੋ ਲੋਕ ਖਰੀਦਵਾਰ ਬਨਾਰਸ ਆਦ ਤੀਰਥ ਜਾ ਕੇ ਦੋਸਤੋ ਇਸ਼ਨਾਨ ਕਰਦੇ ਹਨ ਪੰਜਾਬ ਵਿੱਚ ਮੁਕਸਰ ਵਿਖੇ ਮਾਗੀ ਦਾ ਮੇਲਾ ਲੱਗਦਾ ਹੈ ਬਸੰਤ ਪੰਚਮੀ ਤਾਂ ਦੇਖੋ ਦੋਸਤੋ ਬਸੰਤ ਪੰਚਮੀ ਕੀ ਹੈ ਇਸ ਪਿੱਛੋ ਜਿਹੜਾ ਹੈਗਾ ਵਾ ਜਨਵਰੀ ਦੇ ਅਖੀਰ ਜਾਂ ਫਿਰ ਫਰਵਰੀ ਦੇ ਸ਼ੁਰੂ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਆਉਂਦਾ ਹੈ ਇਹ ਸਿਆਲ ਦੀ ਰੁੱਤ ਦੇ ਜਾਣ ਅਤੇ ਬਾਹਰ ਦੀ ਰੁੱਤ ਆਉਣ ਦੀ ਖੁਸ਼ੀ ਵਿੱਚ ਜਿਹੜਾ ਹੈਗਾ ਮਨਾਇਆ ਜਾਂਦਾ ਹੈ ਕਹਿੰਦੇ ਹਨ ਬਸੰਤ ਪੰਚਮੀ ਆਉਣ ਤੇ ਸਰਦੀ ਖਤਮ ਹੋ ਜਾਂਦੀ ਹੈ ਇਸੇ ਸੰਬੰਧੀ ਆਈ ਬਸੰਤ ਤੇ ਪਹਿਲਾ ਤੇ ਪਹਿਲਾ ਹਾਂਜੀ ਪਹਿਲਾ ਕਿਲਖੇ ਤੇ ਪੱਲਾ ਉਡੰਤ ਠੀਕ ਹੈ ਜੀ ਆਮ ਕਹਾਵਤ ਹੈ ਠੀਕ ਹੈ ਜੀ ਤਾਂ ਲੋਕ ਇਸ ਦਿਨ ਜਿਹੜਾ ਹੈਗਾ ਪੀਲੇ ਪਕਵਾਨ ਬਣਾਉਂਦੇ ਹਨ ਇਸ ਦਿਨ ਜਿਹੜਾ ਹੈਗਾ ਪਤੰਗਾਂ ਵੀ ਉੱਡਦੀਆਂ ਠੀਕ ਹੈ ਜੀ ਉਡਾਈਆਂ ਜਾਂਦੀਆਂ ਤਾਂ ਹੋਲੀ ਦਾ ਹੋਲੀ ਅਤੇ ਵਿਸਾਖੀ ਦਾ ਤਿਵਾ ਠੀਕ ਹੈ ਜੀ ਮਾਰਚ ਦੇ ਮਹੀਨੇ ਇੱਕ ਦੂਸਰੇ ਉੱਪਰ ਜਿਹੜਾ ਹੈਗਾ ਰੰਗ ਸੁੱਟ ਕੇ ਜਿਹੜਾ ਹੈਗਾ ਵਾ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਹੋਲੀ ਤੋਂ ਅਗਲੇ ਦਿਨ ਹੀ ਸਿੱਖ ਜਿਹੜਾ ਹੈਗਾ ਹੋਲਾ ਮੋਲਾ ਮਨਾਉਂਦੇ ਹਨ ਇਸ ਦਿਨ ਅਨੰਦਪੁਰ ਸਾਹਿਬ ਵਿਖੇ ਜਿਹੜਾ ਹੈਗਾ ਵਾਪਾਰੀ ਮੇਲਾ ਲੱਗਦਾ ਹੈ ਇਸ ਪਿੱਛੋਂ 13 ਅਪ੍ਰੈਲ ਨੂੰ ਜਿਹੜਾ ਹੈਗਾ ਵਾ 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਆਉਂਦਾ ਹੈ ਕਣਕ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਕਿਸਾਨ ਭੰਗੜੇ ਪਾਉਂਦੇ ਤੇ ਖੁਸ਼ੀਆਂ ਮਨਾਉਂਦੇ ਹਨ ਜਨਮ ਅਸ਼ਟਮੀ ਅਤੇ ਰਖੜੀ ਠੀਕ ਹੈ ਜੁਲਾਈ ਦੇ ਮਹੀਨੇ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਜਨਮ ਅਸ਼ਟਮੀ ਦਾ ਸੰਬੰਧ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਨਾਲ ਹੈ ਰਖੜੀ ਦਾ ਤਿਉਹਾਰ ਦਾ ਆਮ ਤ ਹੇ ਕਿ ਬੰਦੀਆਂ ਹਨ ਪੰਜਾਬ ਦੇ ਪਿੰਡ ਵਿੱਚ ਸੌਣ ਦੇ ਮਹੀਨੇ ਦੇ ਵਿੱਚ ਧੀਆਂ ਲੱਗਦੀਆਂ ਹਨ ਕੁੜੀਆਂ ਦੇ ਗਿੱਦੇ ਜਿਹੜਾ ਹੈਗਾ ਦੋਸਤੋ ਪਹੁੰਦਿਆਂ ਨੇ ਤੇ ਪਿੰਗਾ ਝੂਟਦੀਆਂ ਹਨ ਠੀਕ ਹੈ ਜੀ ਦੁਸ਼ਹਰੇ ਦਾ ਤਿਉਹਾਰ ਦਾ ਸ਼ਹਰੇ ਦਾ ਤਿਉਹਾਰ ਦੋਸਤੋ ਆਮ ਤੌਰ ਤੇ ਜਿਹੜਾ ਹੈਗਾ ਵਾ ਅਕਤੂਬਰ ਵਿੱਚ ਆਉਂਦਾ ਹੈ ਤੇ ਇਹ ਤਿਉਹਾਰ ਦੋਸਤੋ ਜਿਹੜਾ ਹੈਗਾ ਵਾ ਨੇਕੀ ਦੀ ਜਿਹੜੀ ਹੈਗੀ ਬੱਦੀ ਉੱਤੇ ਜਿੱਤ ਪ੍ਰਾਪਤ ਨਿੱਕੀ ਦਾ ਦੋਸਤ ਜਿਹੜਾ ਹੈਗਾ ਵਾ ਬੱਦੀ ਉੱਤੇ ਜਿਹੜਾ ਹੈਗਾ ਜਿੱਤ ਪ੍ਰਤੀਕ ਹੈ ਠੀਕ ਹੈ ਜੀ ਇਸ ਦਿਨ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਦੇ ਵਿਰੁੱਧ ਲੜਾਈ ਕਰਕੇ ਲੰਕਾ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਦੁਸ਼ਹਿਰੇ ਵਾਲੇ ਦਿਨ ਭਾਰੀ ਮੇਲਾ ਲੱਗਦਾ ਤੇ ਰਾਵਣ ਤੇ ਕੁੰਭਕਰਨ ਅਤੇ ਮੇਗਨਾਥ ਦੇ ਪੁਤਲੇ ਜਿਹੜੇ ਹੈਗੇ ਆ ਸਾੜੇ ਜਾਂਦੇ ਹਨ ਦੀਵਾਲੀ ਤਾਂ ਦੁਸ਼ਹਿਰੇ ਤੋਂ ਲਗਭਗ 20 ਦਿਨ ਬਾਅਦ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਇਸ ਇਹੇ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਰਾਮਚੰਦਰ ਜੀ ਦੇ ਬਨਵਾਸ ਤੋਂ ਪਰਤਣ ਦੀ ਖੁਸ਼ੀ ਵਿੱਚ ਦੀਵਾਲੀ ਦਾ ਤਿਉਹਾਰ ਮਨਾਇ ਦੇਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ 52 ਰਾਜਿਆਂ ਨੂੰ ਛਡਵਾ ਕੇ ਲਿਆਏ ਸਨ ਇਸੇ ਖੁਸ਼ੀ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਜਿਹੜੀ ਹੈਗੀ ਮਨਾਈ ਜਾਂਦੀ ਹੈ ਇਸੇ ਦਿਨ ਆਪਣੇ ਜਿਹੜਾ ਹੈਗਾ ਵਾ ਸੱਜਣ ਮਿੱਤਰਾਂ ਨੂੰ ਤੇ ਮਠਾਈਆਂ ਆ ਤੇ ਹੋਰ ਤੋਹਫੇ ਦਿੱਤੇ ਜਾਂਦੇ ਹਨ ਗੁਰਪੁਰਬ ਤਾਂ ਗੁਰਪੁਰਬ ਵੀ ਦੋਸਤੋ ਤਿਹਾਰਾ ਵਾਂਗ ਹੀ ਜਿਹੜਾ ਹੈਗਾ ਮਨਾਇਆ ਜਾਂਦੇ ਹਨ ਠੀਕ ਹੈ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਯਾਨੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਹੈਗਾ ਵਾ ਜਨਮ ਦਿਵਸ ਅਤੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਜਿਹੜਾਗਾ ਮਨਾਇਆ ਜਾਂਦਾ ਹੈ ਗੁਰੂ ਪੁਰਬ ਦੇ ਮੌਕੇ ਦੋਸਤੋ ਗੁਰਦੁਆਰਿਆਂ ਵਿੱਚ ਕੀਰਤਨ ਹੁੰਦਾ ਹੈ ਤੇ ਲੰਗਰ ਜਿਹੜੀ ਹੈਗੀ ਆ ਹਾਂਜੀ ਲੰਗਰ ਵਰਤਾਏ ਜਾਂਦੇ ਹਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਠੰਡੇ ਅਤੇ ਮਿੱਠੇ ਜਲਦੀ ਜਿਹੜੀ ਹੈਗੀ ਸ਼ਬੀਲਾ ਲਾਈਆਂ ਜਾਂਦੀਆਂ ਠੀਕ ਹੈ ਜੀ ਤੇ ਅਗਲਾ ਦੋਸਤੋ ਦੇਖੋ ਕੀ ਹੈ ईद ਤੇ 크리스마스 ਅਤੇ ਕੌਮੀ ਤਿਹਾੜੀ ਠੀਕ ਹੈ ईद ਮੁਸਲਮਾਨਾਂ ਦਾ ਪਵਿੱਤਰ ਤਿਹਾੜਾ ਹੈ ਇਸ ਦਿਨ ਦੇਸਾਂ ਦੇ ਮੁਸਲਮਾਨ ਮਸਜਿਦਾਂ ਵਿੱਚ ਜਾ ਕੇ ਦੋਸਤੋ ਨਮਾਜ਼ ਪੜ੍ਹਦੇ ਹਨ ਅਤੇ ਇੱਕ ਦੂਸਰੇ ਨੂੰ ਗਲੇ ਮਿਲ ਕੇ ਮੁਬਾਰਕਾਂਵਾਦ ਦਿੰਦੇ ਹਨ 25 ਦਸੰਬਰ 19 ਨੂੰ ਜਿਹੜਾ 크리스마ਸ ਦਾ ਤਿਹਾੜਾ ਮਨਾਇਆ ਜਾਂਦਾ ਹੈ ਤੇ 26 ਜਨਵਰੀ ਤੇ 15 ਅਗਸਤ ਸਾਡੇ ਕੌਮੀ ਤਿਹਾੜੇ ਹਨ ਇਸ ਦਿਨ ਜਿਹੜਾ ਹੈ ਨਿਸ਼ਕਾ ਥਾਂਵਾਂ ਤੇ ਕੌਮੀ ਝੰਡਾ ਲहराਇਆ ਜਾਂਦਾ ਹੈ ਸਿੱਟਾ ਇਸੇ ਤਰ੍ਹਾਂ ਸੀ ਦੇਖਦੇ ਹਾਂ ਕਿ ਸਾਡਾ ਜੀਵਨ ਖੁਸ਼ੀਆਂ ਨਾਲ ਭਰਪੂਰ ਹੈ ਇਹਨਾਂ ਮੇਲਿਆਂ ਤੇ ਤਿਹਾੜਿਆਂ ਵਿੱਚ ਪੰਜਾਬੀਆਂ ਦੀ ਮਨਪਸੰਦ ਖਾ ਕੇ ਦੋਸਤੋ ਗੰਗਾ ਪਾ ਕੇ ਆਪਣਾ ਜਿਹੜਾ ਹੈਗਾ ਮਨ ਪਰਚਾਵਾ ਕਰਦੇ ਹਨ ਰੱਬ ਕਰੇ ਅਸੀਂ ਇਹ ਮੇਲੇ ਤੇ ਤਿਉਹਾਰ ਇਸੇ ਤਰ੍ਹਾਂ ਜਿਹੜਾ ਹੈਗਾ ਮਨਾਉਂਦੇ ਰਹੀਏ ਠੀਕ ਹੈ ਜੀ ਤਾਂ ਇਹ ਆਪਣਾ ਹੋ ਗਿਆ ਮੇਲੇ ਤੇ ਤਿਉਹਾਰ ਤੇ ਹੁਣ ਦੇਖੋ ਦੋਸਤੋ ਆਪਣਾ ਕੀ ਹੈ ਮਿੱਤਰ ਸਹੇਲੀ ਨੂੰ ਜਿਹੜਾ ਹੈਗਾ ਪੱਤਰ ਦੇ ਪੜਾਈ ਦੇ ਨਾਲ ਜਿਹੜਾ ਹੈਗਾ ਵਾ ਖੇਡ ਵਿੱਚ ਬਰਾਬਰ ਦਿਲਚਸਪੀ ਲੈਣ ਲਈ ਜਿਹੜਾ ਹੈਗਾ ਦੋਸਤੋ ਪੱਤਰ ਲਿਖੋ ਠੀਕ ਹੈ ਜੀ ਪੜਾਈ ਦੇ ਨਾਲ ਜਿਹੜਾ ਹੈਗਾ ਖੇਡ ਦੇ ਵਿੱਚ ਵੀ ਦਿਲਚਸਪੀ ਲਵੇ ਤਾਂ ਦੇਖੋ ਆਹੀ ਆਪਣੀ ਲੈਟਰ ਆ ਪੜਾਈ ਅਤੇ ਖੇਡਾਂ ਵਿੱਚ ਬਰਾਬਰ ਦੀ ਦਿਲਚਸਪੀ ਲਵੇ ਦੇਖੋ ਪ੍ਰੀਖਿਆ ਭਵਨ ਜਨਵਰੀ 10 2023 ਠੀਕ ਹੈ ਜੀ ਪ ਮੈਨੂੰ ਪਤਾ ਹੈ ਮੈਨੂੰ ਮਾਤਾ ਜੀ ਦੀ ਜਿਹੜੀ ਹੈਗੀ ਆ ਚਿੱਠੀ ਤੋਂ ਪਤਾ ਲੱਗਾ ਹੈ ਕਿ ਤੇਰੀ ਸਿਹਤ ਜਿਹੜੀ ਹੈਗੀ ਠੀਕ ਨਹੀਂ ਰਹਿੰਦੀ ਇਸ ਦਾ ਕਾਰਨ ਉਹਨਾਂ ਨੇ ਦੱਸਿਆ ਹੈ ਕਿ ਤੂੰ ਰਾਤ ਦਿਨ ਪੜਾਈ ਵਿੱਚ ਸਿਰ ਸੁੱਟ ਕੇ ਲੱਗਾ ਰਹਿੰਦਾ ਹੈ ਤੈਨੂੰ ਖਾਣ ਪੀਣ ਦੀ ਜਿਹੜੀ ਹੈ ਆਰਾਮ ਕਰਨ ਦੀ जरा ਵੀ ਸੁਰਤ ਨਹੀਂ ਹੈ ਉਹਨਾਂ ਨੇ ਮੈਨੂੰ ਲਿਖਿਆ ਹੈ ਕਿ ਤੇਰੀ ਭੁੱਖ ਵੀ ਬਹੁਤ ਘਟ ਗਈ ਹੈ ਤੇ ਰੰਗ ਵੀ ਪੀਲਾ ਹੋ ਗਿਆ ਹੈ ਇਹ ਗੱਲਾਂ ਸੁਣ ਕੇ ਮੇਰਾ ਮਨ ਬਹੁਤ ਦੁਖੀ ਹੋਇਆ ਹੈ ਭਾਵੇਂ ਮੈਂ ਤੇਰੀ ਪੜਾਈ ਵਿੱਚ ਲਗਨ ਦੀ ਪ੍ਰਸ਼ੰਸਾ ਕਰਦਾ ਹਾਂ ਪਰ ਤੈਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸਿਹਤ ਹੀ ਇੱਕ ਵੱਡਾ ਮੁੱਲਾ ਖਜ਼ਾਨਾ ਹੈ ਇਸ ਨਾਲ ਹੀ ਦੁਨੀਆ ਦੇ ਸਾਰੇ ਆਨੰਦ ਮਾਣੇ ਜਾਂਦੇ ਹਨ ਜੇਕਰ ਤੂੰ ਆਪਣੀ ਸਿਹਤ ਚੰਗੀ ਰੱਖੇਗਾ ਤਾਂ ਹੀ ਤੂੰ ਆਪਣੇ ਦਿਮਾਗ ਤੋਂ ਵੀ ਵਧੇਰੇ ਕੰਮ ਲੈ ਸਕੇਗਾ ਇਸ ਕਰਕੇ ਤੈਨੂੰ ਸਿਹਤ ਦਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਇਸ ਮੰਤਵ ਲਈ ਤੈਨੂੰ ਜਿਹੜਾ ਹੈਗਾ ਹਰ ਰੋਜ਼ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਇੱਕ ਵਿਦਿਆਰਥੀ ਲਈ ਜਿਹੜਾ ਹੈਗਾ ਖੇਡਾਂ ਦੀ ਬਹੁਤ ਹੀ ਜੜੀ ਕਿ ਜ਼ਰੂਰਤ ਹੁੰਦੀ ਹੈ ਠੀਕ ਹੈ ਇਹਨਾਂ ਦੀ ਉਸ ਦੇ ਜੀਵਨ ਵਿੱਚ ਬਹੁਤ ਹੀ ਮਹਾਨਤਾ ਹੈ ਵਿਦਿਆਰਥੀ ਜੀਵਨ ਵਿੱਚ ਵਿਦਿਆਰਥੀ ਜੀਵਨ ਦਾ ਅਰਥ ਇਹ ਨਹੀਂ ਹੈ ਕਿ ਹਰ ਸਾਲ ਇਮਤਿਹਾਨ ਪਾਸ ਕਰ ਲਿਆ ਜਾਵੇ ਸਗੋਂ ਇੱਕ ਇਸ ਸਮੇਂ ਵਿੱਚ ਨੌਜਵਾਨ ਨੂੰ ਆਪਣੀ ਦਿਮਾਗੀ ਉન્નਤੀ ਦੇ ਨਾਲ ਨਾਲ ਸਰੀਰਕ ਉન્નਤੀ ਵੀ ਜਿਹੜਾ ਹੈਗਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਠੀਕ ਹੈ ਜੀ ਕਿਉਂਕਿ ਜਾਨ ਨਾਲ ਹੀ ਜਹਾਨ ਹੈ ਰिष्टपुट्टे ਰिष्टपुਸਟੇ ਸਰੀਰ ਨਾਲ ਹੀ ਦੋਸਤੋ ਉਨਤੀ ਦਿਮਾਗ ਤੋਂ ਜਿਹੜਾ ਹੈਗਾ ਵਾ ਕੰਮ ਲਿਆ ਜਾ ਸਕਦਾ ਹੈ ਇਸੇ ਕਰਕੇ ਤੈਨੂੰ ਸਿਹਤ ਦਾ ਜਿਹੜਾ ਹੈਗਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਤੇ ਇਸ ਮੰਤਵ ਲਈ ਤੈਨੂੰ ਜਿਹੜੀ ਹੈਗੀ ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਜਿਹੜਾ ਹੈਗਾ ਖੇਡਾਂ ਜ਼ਰੂਰ ਖੇਡਾਂ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ ਖੇਡਾਂ ਨਾਲ ਸਾਡੇ ਸਰੀਰ ਨੂੰ ਜਿਹੜਾ ਹੈਗਾ ਬਹੁਤ ਹੀ ਲਾਭ ਪਹੁੰਚਦਾ ਹੈ ਖੇਡਦੇ ਸਮੇਂ ਸਾਡੇ ਦਿਮਾਗ ਲਗਭਗ ਆਰਾਮ ਕਰਦਾ ਹੈ ਤੇ ਸਰੀਰ ਜਿਹੜਾ ਹੈਗਾ ਹਰਕਤ ਕਰਦਾ ਹੈ ਖੇਡਾਂ ਦਾ ਮਤਲਬ ਤਾਸ਼ ਜਾਂ ਫਿਰ ਵੀਡੀਓ ਗੇਮ ਖੇਡੋ ਸੱਗੋ ਫੁੱਟਬਾਲ ਹਾਕੀ ਕਬੱਡੀ ਕ੍ਰਿਕਟ ਤੇ ਦੌੜਾਦ ਤੋ ਹੈ ਠੀਕ ਹੈ ਜੀ ਇਹਨਾਂ ਨਾਲ ਸਾਡੇ ਜਿਹੜੇ ਖੂਨ ਦਾ ਦੌਰਾ ਵੀ ਤੇਜ਼ ਹੁੰਦਾ ਹੈ ਫੇਫੜਿਆਂ ਨੂੰ ਤਾਜੀ ਹਵਾ ਮਿਲਦੀ ਹੈ ਤੇ ਖੂਨ ਸਾਫ਼ ਹੁੰਦਾ ਹੈ ਦਿਮਾਗ ਦੀ ਥਕਾਵਟ ਜਿਹੜੀ ਹੈ ਇਹ ਦੂਰ ਹੁੰਦੀ ਹੈ ਪੇਟ ਦੀ ਕਸਰਤ ਹੁਣ ਨਾਲ ਖਾਦਾ ਪੀਤਾ ਜਿਹੜਾ ਹੈਗਾ ਹਜਮ ਹੁੰਦਾ ਹੈ ਮਨ ਦੀ ਮਨ ਨੂੰ ਪ੍ਰਸ਼ੰਸ਼ਾ ਮਿਲਦੀ ਹੈ ਠੀਕ ਹੈ ਜ ਅਤੇ ਸਰੀਰ ਤੇ ਦਿਮਾਗ ਨੂੰ ਚੁਸਤੀ ਤੇ ਫੁਰਤੀ ਨਾਲ ਜਿਹੜਾ ਹੈਗਾ ਕੰਮ ਕਰਨ ਦੀ ਸ਼ਕਤੀ ਮਿਲ ਗਿਆ ਇਸ ਕਰਕੇ ਖੇਡਾਂ ਦਾ ਜਿਹੜਾ ਹੈਗਾ ਤੈਨੂੰ ਦੋਹਰਾ ਲਾਭ ਹੋਵੇਗਾ ਤੇਰੀ ਜਿਹੜੀ ਹੈਗੀ ਸਿਹਤ ਵੀ ਚੰਗੀ ਰਹੇਗੀ ਅਤੇ ਪੜ੍ਹਾਈ ਵੀ ਚੰਗੀ ਹੋਵੇਗੀ ਮੈਂ ਇਸ ਕਰਦਾ ਹਾਂ ਕਿ ਤੂੰ ਮੇਰੀਆਂ ਗੱਲਾਂ ਨੂੰ ਧਿਆਨ ਦੇਵੇਂਗਾ ਤੇ ਖੇਡਾਂ ਦੀ ਮਹਾਨਤਾ ਨੂੰ ਸਮਝਦਾ ਹੋਇਆ ਇਹਨਾਂ ਨੂੰ ਆਪਣੀ ਪੜ੍ਹਾਈ ਵਾਂਗ ਹੀ ਜ਼ਰੂਰੀ ਸਮਝੇਂਗਾ ਆ ਮਾਤਾ ਜੀ ਤੇ ਪਿਤਾ ਜੀ ਨੂੰ ਸਤਸਰੀਆ ਕਾਲ ਤੇਰਾ ਵੱਡਾ ਵੀਰ ਰੋਲ ਨੰਬਰ ठीक है जी तो इतने दोस्तों टिकट अपना लिखा सुरेंद्र सिंह सपुत्र दोस्तों अपना बखतवार ठीक है जी बखतावर सिंह ठीक है तो पिंड डाक डाकखाना ठीक है भोगपुर जिला जलंधर ਤੇ ਦੋਸਤੋ ਅਗਲਾ ਕੀ ਆਪਣਾ ਸਕੂਲ ਦੀ ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਕੂਲ ਮੁਖੀ ਨੂੰ ਬਿਨੇ ਪੱਤਰ ਠੀਕ ਹੈ ਜੀ ਤਾਂ ਦੇਖੋ ਆਹੀ ਆਪਣੀ ਲੈਟਰ ਆ ਠੀਕ ਹੈ ਜੀ ਸਕੂਲ ਜਿਹੜੀ ਹੈਗਾ ਸਕੂਲ ਦੀ ਲਾਇਬ੍ਰੇਰੀ ਨੂੰ ਸੁਚਾਰੂ ਰੂਪ ਚਲਾਉਣ ਲਈ ਜਿਹੜਾ ਬੇਨਤੀ ਪੱਤਰ ਲਿਖੋ ਆਹੀ ਸਹੀ ਮਾਢੇ ਤੇ ਦੇਖੋ ਦੋਸਤੋ ਸੇਵਾ ਵਿਖੇ ਮੁਖਾ ਵਿਆਪਕ ਸਾਹਿਬ ਸਰਕਾਰੀ ਹਾਈ ਸਕੂਲ ਸਮਰਾਲਾ ਸ਼੍ਰੀਮਾਨ ਜੀ ਸਨਿਮਰ ਬੇਨਤੀ ਇਹ ਹੈ ਕਿ ਸਾਡੇ ਸਕੂਲ ਦੀ ਲਾਇਬ੍ਰੇਰੀ ਦੇ ਪ੍ਰਬੰਧਨ ਨੂੰ ਸੁਚਾਰੂ ਰੂਪ ਜਿਹੜਾ ਹੈਗਾ ਸਚਾਰੂ ਰੂਪ ਵਿੱਚ ਚਲਾਉਣ ਦੀ ਬਹੁਤ ਹੀ ਜ਼ਰੂਰਤ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਇਸ ਵਿੱਚ ਜਿਹੜਾ ਹੈਗਾ ਅਜੀਤ ਤੇ ਪੰਜਾਬੀ ਕੇਸਰੀ ਅਖਬਾਰਾਂ ਤੇ ਜਿਹੜਾ ਹੈਗਾ ਆਪਣਾ ਪੰਖੜੀਆਂ ਸਹਿਤ ਸੰਸਾਰ ਜੀਵਨ ਜਾਂਚ ਤੇ ਨਵਾਂ ਯੁੱਗ ਰਸਾਲਿਆਂ ਦੀ ਕੇਵਲ ਇੱਕ ਇੱਕ ਕਾਪੀ ਹੀ ਆਉਂਦੀ ਹੈ ਜਿਸ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਹਨਾਂ ਨੂੰ ਪੜਨ ਲਈ ਬਹੁਤ ਹੀ ਮੁਸ਼ਕਿਲ ਆਉਂਦੀ ਹੈ ਇਸ ਲਈ ਅਖਬਾਰਾਂ ਤੇ ਰਸਾਲਿਆਂ ਦੀਆਂ ਜੀਏ ਘੱਟੋ ਘੱਟ 3 ਕਾਪੀਆਂ ਮੰਗਵਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਇਸ ਸਮੇਂ ਇਸ ਸਮੇਂ ਬੈਠ ਕੇ ਪੜਨ ਵਾਲੀ ਵਿਦਿਆਰਥੀਆਂ ਲਈ ਇੱਕ ਜਿਹੜਾ ਹੈਗਾ ਮੇਜ਼ ਤੇ ਚਾਰ ਕੁਰਸੀਆਂ ਹਨ ਠੀਕ ਹੈ ਜੀ ਜੋ ਕਿ ਬਹੁਤ ਪਾਠਨ ਇਥੇ ਘੱਟੋ ਘੱਟ ਵਿਦਿਆਰਥੀਆਂ ਦੀ ਇੱਕ ਸਮੇਂ ਤੇ ਬੈਠਣ ਤੇ ਅਖਬਾਰ ਤੇ ਕਿਤਾਬਾਂ ਨੂੰ ਪੜਨ ਦਾ ਜਿਹੜਾ ਇੱਕ ਪ੍ਰਬੰਧ ਹੋਣਾ ਚਾਹੀਦਾ ਹੈ ਇਥੋਂ ਘੱਟੋ ਘੱਟ 20 ਕਾ ਵਿਦਿਆਰਥੀਆਂ ਠੀਕ ਹੈ ਜੀ ਇਥੇ ਆ ਲਾਈਨ ਰਹੀ ਸੀ ਕਿ 20 ਕੂ ਵਿਦਿਆਰਥੀਆਂ ਦੇ ਇੱਕੋ ਹੀ ਸਮੇਂ ਤੇ ਬੈਠ ਕੇ ਅਖਬਾਰ ਤੇ ਕਿਤਾਬਾਂ ਪੜਨ ਦਾ ਪ੍ਰਬੰਧ ਪ੍ਰਬੰਧ ਹੋਣਾ ਚਾਹੀਦਾ ਹੈ ਇਸ ਲਈ ਮੇਜ਼ ਤੇ ਕੁਰਸੀਆਂ ਦੀ ਜਿਹੜੀ ਹੈਗੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ ਖੜੇ ਹੋ ਕੇ ਪੜਨ ਲਈ ਅਖਬਾਰਾਂ ਤਿੰਨ ਚਾਰ ਰੈਕਾਂ ਉਤੇ ਲਾਈਆਂ ਜਾਣੀਆਂ ਚਾਹੀਦੀਆਂ ਹਨ ਇਹਨਾਂ ਤੋਂ ਇਲਾਵਾ ਜਗਬਾਣੀ ਪੰਜਾਬੀ ਟਰਬਿਊਨ ਅੰਗਰੇਜ਼ੀ ਟਰਬਿਊਨ ਤੇ ਇੱਕ ਦੋ ਖ ਜਾਣੇ ਚਾਹੀਦੇ ਹਨ ਠੀਕ ਹੈ ਇਸ ਦੇ ਨਾਲ ਹੀ ਲਾਇਬ੍ਰੇਰੀ ਹਰ ਰੋਜ਼ ਮਿੱਥੇ ਸਮੇਂ ਤੇ ਉੱਪਰ ਹੀ ਖੁੱਲਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਪਾਠ ਕਰਮ ਤੋਂ ਇਲਾਵਾ ਅਖਬਾਰ ਤੇ ਰਸਾਲਿਆਂ ਵਿਚਲੇ ਸਮਗਰੀ ਅਤੇ ਹੋਰਨਾਂ ਪੁਸਤਕਾਂ ਵਿੱਚੋਂ ਵੱਧ ਤੋਂ ਵੱਧ ਜਿਹੜਾ ਹੈ ਲਾਭ ਉਠਾ ਸਕਣ ਆਸ ਹੈ ਕਿ ਆਪ ਜੀ ਵੱਲੋਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਵਿੱਚ ਉਹਨਾਂ ਦੀਆਂ ਉਪਰੋਕਤ ਲੋੜਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਦਿੱਤਾ ਜਾਵੇਗਾ ਧੰਨਵਾਦ ਸਹਿਤ ਮਿੱਥੇ 10 ਜਨਵਰੀ 2023 ਤੁਸੀਂ ਇੱਥੇ ਲਿਖਦੇ ਹੋ ਠੀਕ ਹੈ ਜੀ ਮਾਰਚ ਦੀ ਪਾ ਦਿਓ ਡੇਟ ਠੀਕ ਹੈ ਆਪ ਦੇ ਵਿਸ਼ਵਾਸਪਾਤਰ ਹਰਦੀਪ ਸਿੰਘ ਮੋਨੀਟਰ 10ਵੀਂ A ਅ ਅਜੀਤ ਸਿੰਘ ਮੋਨੀਟਰ ਨੋਮੀਏ ਏ ਠੀਕ ਹੈ ਜੀ ਤਾਂ ਇਸ ਤਰ੍ਹਾਂ ਤੁਸੀਂ ਇਸ ਆਨਸਰ ਲਿਖ ਦੇਣਾ ਵਾ ਠੀਕ ਹੈ ਜੀ ਅਗਲਾ ਦੋਸਤੋ ਹੁਣ ਦੇਖੋ ਕੀ ਹੈ ਕਿ ਕੋਈ ਚਾਰ ਮੁਹਾਵਰੇਆਂ ਨੂੰ ਬਾਕਾਂ ਵਿੱਚ ਵਰਤੋ ਤਾਂ ਦੇਖੋ ਪਹਿਲਾ ਕੀ ਹੈ ਉੱਲੂ ਬਣਾਉਣਾ ਠੀਕ ਹੈ ਜੀ ਤਾਂ ਉੱਲੂ ਬਣਾਉਣਾ ਮਤਲਬ ਕੀ ਹੈ ਦੋਸਤੋ ਬੇਫਕੂਪ ਬਣਾਉਣਾ ਠੀਕ ਹੈ ਜੀ ਅ ਇੱਥੇ ਕੀ ਲਿਖਿਆ ਦੋਸਤੋ ਆਪਣਾ ਨੋਸ਼ਰ ਬਾਜ ਨੇ ਗੱਲਾਂ नाल जंगे पले उल्लू बना के लुट लिया ठीक है जी दूसरा की है दोस्तों अपना अवा तवा बोलना ठीक है जी अवा तवा बोलना मतलब दोस्तों मंदा बोलना ठीक बोल ता है जी तो तेजिया जरा मुँह संभाल के बोल जे अवा तवा बोलें तो तेरा मुँह भन देंगा ठीक है जी तो इस तरह तुम्हें यह लिख देना वा दूसरा की दोस्तों है दोस्तों अपना इत कुत्ते का जड़ा है वैर होना ठीक है जी इत कुत्ते का जो है वैर होना तो देखो दोस्तो हाँ जी ਆਪਨਾ ਕੀ ਸੀਗਾ ਦੋਸਤੋ ਇੱਟ ਖੜਿੱਕੇ ਲਾ ਰੱਖਣਾ ਆਹੀ ਸੀਗਾ ਕਿ ਦੂਸਰਾ ਸੀਗਾ ਇੱਟ ਹਾਂਜੀ ਇੱਟ ਨਾ ਮੰਨਣੀ ਨਹੀਂ ਕੀ ਸੀਗਾ ਦੋਸਤੋ ਇੱਥੇ ਆਪਣਾ ਇੱਟ ਕੁੱਤੇ ਦਾ ਵੈਰ ਹੋਣਾ ਦੋਸਤੋ ਵੇਟ ਮੈਂ ਇਹਨੂੰ ਲੱਭਦਾ ਰੁਕੋ ਤਾਂ ਦੋਸਤੋ ਦੇਖੋ ਆਈ ਹੈ ਨਾ ਆਪਣਾ ਇੱਟ ਕੁੱਤੇ ਦਾ ਜਿਹੜਾ ਹੈਗਾ ਵੈਰ ਹੋਣਾ ਸਵਾਭਿਕ ਵੈਰ ਹੋਣਾ ਠੀਕ ਹੈ ਜੀ ਇਸ ਚੀਨ ਨੇ ਰੂਸ ਦਾ ਇੱਟ ਕੁੱਤੇ ਦਾ ਜਾਂ ਫਿਰ ਘੜੇ ਦਾ ਜਿਹੜਾ ਹੈਗਾ ਵੈਰ ਜਿਹੜਾ ਹੈਗਾ ਦੋਸਤੋ ਵੈਰ ਹੈ ਠੀਕ ਹੈ ਜੀ ਪਤਾ ਨਹੀਂ ਕਦੋਂ ਲੜਾਈ ਜਿਹੜੀ ਹੈਗੀ ਹੈ ਛੇੜ ਬੈਠੇ ਠੀਕ ਹੈ ਜੀ ਕਦੋਂ ਲੜਾਈ ਜਿਹੜੀ ਹੈਗੀ ਹੈ ਛੇੜ ਬੈਠਣ ਠੀਕ ਅੱਗੇ ਦੋਸਤੋ ਆਪਣਾ ਈਨ ਮੰਨਣਾ ਠੀਕ ਹੈ ਜੀ ਤਾਂ ਦੋਸਤੋ ਦੇਖਦੇ ਹਾਂ ਚਲੋ ਈਨ ਮੰਨਣਾ ਯਾਨੀ ਕਿ ਹਾਰ ਮੰਨਣੀ ਰਾਣਾ ਪ੍ਰਤਾਪ ਨੇ ਅਕਬਰ ਦੀ ਈਨ ਨਾ ਮੰਨੀ ਠੀਕ ਹੈ ਜੀ ਦੂਸਰਾ ਕੀ ਹੈ ਦੋਸਤੋ ਆਪਣਾ ਅਗਲਾ ਸਿਰ ਤਲੀ ਤੇ ਧਰਨਾ ਠੀਕ ਹੈ ਜੀ ਤਾਂ ਦੋਸਤੋ ਦੇਖੋ ਇਹਦਾ ਆਨਸਰ ਸਿਰ ਤਲੀ ਤੇ ਧਰਨਾ ਠੀਕ ਹੈ ਜੀ ਤਾਂ ਜਾਂ ਫਿਰ ਦੋਸਤੋ ਸਿਰ ਜਿਹੜਾ ਹੈਗਾ ਕਫਨ ਬਰਨਾ ਸਿਰ ਤੇ ਕਫਨ ਓਣਾ ਗੱਲ ਇਹੀ ਹੈ ਤਾਂ ਦੋਸਤੋ ਦੇਖੋ ਕੀ ਹੈ ਜਾਨ ਦੀ ਪਰਵਾਹ ਨਾ ਕਰਨਾ ਠੀਕ ਹੈ ਜੀ ਤਾਂ ਦੇਸ਼ ਭਗਤ ਭਾਰਤ ਜਿਹੜਾ ਹੈਗਾ ਵਾ ਦੇਸ਼ ਭਗਤ ਭਾਰਤ ਦੀ ਆਜ਼ਾਦੀ ਲਈ ਸਿਰ ਤਲੀ ਤੇ ਧਰ ਕੇ ਸਿਰ ਤੇ ਕਫਨ ਬਨ ਕੇ ਜਿਹੜਾ ਹੈਗਾ ਵਾ ਜੂਜੇ ਠੀਕ ਹੈ ਜੀ ਤੇ ਦੂਸਰਾ ਆਪਣਾ ਪ੍ਰਸ਼ਨ ਕੀ ਹੈ ਦੋਸਤੋ ਇਹਦੇ ਵਿੱਚ ਅਗਲਾ ਹੁਣ ਘਰ ਦਾ ਪੇਤੀ ਲੰਕਾ ਟਾਇ ਠੀਕ ਹੈ ਇਹ ਤਾਂ ਦੇਖੋ ਦੋਸਤੋ ਘਰ ਦਾ ਪੇਤੀ ਲੰਕਾ ਟਾਇ ਘਰ ਦਾ ਪੇਤੀ ਜ਼ਿਆਦਾ ਖਤਰਨਾਕ ਹੁੰਦਾ ਹੈ ਠੀਕ ਹੈ ਜੀ ਤਾਂ ਇਹ ਇਸ ਆਨਸਰ ਹੋ ਗਿਆ ਅਗਲਾ ਹੁਣ ਦੋਸਤੋ ਕੀ ਹੈ ਕੀ ਕੋਈ ਚਾਰ ਮੁਹਾਵਰੇ ਹੋਗੇ ਹੁਣ ਕੋਈ ਦੋ ਪ੍ਰਸ਼ਨ ਦੇ ਉੱਤਰ ਦਿਓ ਆਪਾਂ ਸਾਰੇ ਹੀ ਕਰਾਂਗੇ ਜਿੰਨੇ ਹੈਗੇ ਆ ਪੰਜਾਬੀ ਦੀਆਂ ਕੋਈ ਚਾਰ ਉਪ ਭਾਸ਼ਾਵਾਂ ਦੇ ਨਾ ਦੱਸੋ ਤਾਂ ਦੋਸਤੋ ਚਲੋ ਦੇਖੋ ਪੰਜਾਬੀ ਦੀਆਂ ਚਾਰ ਉਪ ਭਾਸ਼ਾ ਦੇ ਨਾਂ ਤਾਂ ਦੇਖੋ ਪੰਜਾਬੀ ਬੋਲੀ ਦੀਆਂ ਉਪ ਬੋਲੀਆਂ ਜਾਂ ਉਪ ਭਾਸ਼ਾਵਾਂ ਇਹ ਹੀ ਹਨ ਮਾਝੀ ਦੁਆਬੀ ਮਲਬਾਈ ਪੁਆਦੀ ਪਟੋਹਾਰੀ ਤੇ ਮਲਤਾਨੀ ਠੀਕ ਹੈ ਜੀ ਤਾਂ ਇਹ ਇਸ ਆਨਸਰ ਹੈਗਾ ਵਾ ਤੇ ਦੂਸਰਾ ਦੋਸਤੋ ਕੀ ਹੈ ਹਾਂ ਜੀ ਕੋਈ ਚਾਰ ਪੁੱਛਿਆ ਸੀ ਨਾ ਇੱਥੇ ਇੱਥੇ ਆਪਾਂ ਦੋਸਤੋ ਕਿਹੜਾ ਵਾ ਬਾਝੀ ਦੁਆਬੀ ਮਲਬਾਈ ਪੁਆਦੀ ਤਾਂ ਇਹ ਤਾਂ ਦੋਸਤੋ ਆਪਣੀ ਪੰਜਾਬ ਦੀਆਂ ਨੇ ਇਹ ਬਾਕੀ ਦੋਸਤ ਤੇ ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਕੀ ਹੈ ਪੰਜਾਬ ਦੀਆਂ ਉਪਭਾਸ਼ਾਵਾਂ ਤੇ ਆਪਸੀ ਅੰਤਰ ਕਿਉਂ ਮਿਟਦੇ ਜਾ ਰਹੇ ਹਨ ਤਾਂ ਦੋਸਤੋ ਅਨਸਰ ਦੇਖੋ ਇਹਦਾ ਪੰਜਾਬ ਦੀਆਂ ਉਪਭਾਸ਼ਾਵਾਂ ਤੇ ਆਪਸੀ ਅੰਤਰ ਕਿਉਂ ਮਿਟਦੇ ਜਾ ਰਹੇ ਹਨ ਤਾਂ ਪੁਰਾਣੇ ਸਮੇਂ ਵਿੱਚ ਆਵਾਜਾਈ ਤੇ ਸੰਚਾਰ ਸਾਧਨ ਦੀ ਘਾਟ ਕਾਰਨ ਪੰਜਾਬ ਵਿੱਚ ਪੰਜਾਬੀ ਭਾਸ਼ਾ ਵਿੱਚ ਬੋਲੀਆਂ ਜਾਣ ਵਾਲੀਆਂ ਉਪਭਾਸ਼ਾਵਾਂ ਦੇ ਆਪਸੀ ਫਰਕ ਬੜੇ ਹੀ ਉਗੜਵੇਂ ਸਨ ਪਰੰਤੂ ਅਜੋਕੇ ਪੰਜਾਬ ਦੀ ਆਵਾਜਾਈ ਤੇ ਸੰਚਾਰ ਸਾਧਨਾਂ ਦਾ ਵਿਕਸਿਤ ਹੋਣ ਕਰਕੇ ਲੋਕਾਂ ਦਾ ਆਪਸੀ ਮਿਲਜੁਲ ਜਿਹੜਾ ਹੈਗਾ ਵਧ ਗਿਆ ਹੈ ਸਿੱਟੇ ਵੱਜੋਂ ਪੰਜਾਬ ਦੀਆਂ ਉਪਭਾਸ਼ਾਵਾਂ ਤੇ ਆਪਸੀ ਅੰਤਰ ਮਿਟਦੇ ਜਾ ਰਹੇ ਹਨ ਤਾਂ ਇਹ ਅਨਸਰ ਹੋ ਗਿਆ ਹੁਣ ਦੋਸਤੋ ਕੀ ਹੈ ਉਪਭਾਸ਼ਾ ਮਾਜੀ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਤਾਂ ਦੋਸਤੋ ਦੇਖੋ ਜਿਹੜੀ ਪੰਜਾਬ ਦੀ ਉਪਬੋਲੀ ਆ ਜਿਹੜੀ ਆਪਣੀ ਉਪਭਾਸ਼ਾ ਹੈ ਠੀਕ ਹੈ ਜੀ ਮਾਜੀ ਤਾਂ ਉਹ ਜਿਹੜੀ ਹੈਗੀ ਦੋਸਤੋ ਲਾਹੌਰ ਸਿਆਲਕੋਟ ਅੰਮ੍ਰਿਤਸਰ ਤਰਨਤਾਰਨ ਤੇ ਗੁਰਦਾਸਪੁਰ ਦੇ ਜ਼ਿਲ੍ਹੇ ਵਿੱਚ ਜਿਹੜੀ ਹੈਗੀ ਬੋਲੀ ਜਾਂਦੀ ਹੈ ਅਗਲਾ ਦੋਸਤੋ ਪ੍ਰਸ਼ਨ ਕੀ ਹੈ ਹਾਂਜੀ ਅਗਲਾ ਪ੍ਰਸ਼ਨ ਦੋਸਤੋ ਕਿਹੜਾ ਹੈ ਇਹ ਹੋ ਗਿਆ ਹਾਂਜੀ ਹੁਣ ਹੈ ਦੋਸਤੋ ਕੋਈ ਦੋ ਪ੍ਰਸ਼ਨ ਦੇ ਉੱਤਰ ਦਿਓ ਤਾਂ ਆਪਾਂ ਸਾਰੇ ਹੀ ਕਰਾਂਗੇ ਦੇਖੋ ਅਗਲਾ ਕੀ ਹੈ ਭਾਸ਼ਾ ਦਾ ਸੁੱਧ ਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜੀ ਮਹੱਤਤਾ ਹੈ ਠੀਕ ਹੈ ਜੀ ਤਾਂ ਦੇਖੋ ਦੋਸਤੋ ਭਾਸ਼ਾ ਦੇ ਸੁੱਧ ਤੇ ਮਿਆਰੀ ਰੂਪ ਨੂੰ ਜਿਹੜਾ ਹੈਗਾ ਸਮਝਣ ਲਈ ਵਿਆਕਰਨ ਦੀ ਪੜ੍ਹਾਈ ਦੀ ਬੜੀ ਮਹੱਤਤਾ ਹੈ ਠੀਕ ਹੈ ਜੀ ਇਸ ਦੇ ਨਿਯਮਾਂ ਵਿੱਚ ਜਿਹੜਾ ਹੈਗਾ ਬੁੱਝ ਕੇ ਹੀ ਕੋਈ ਭਾਸ਼ਾ ਜਿਹੜੀ ਇੱਕ ਟਕਸਾਲੀ ਰੂਪਤ ਕਰਨ ਕਰਦੀ ਹੈ ਇਸ ਤੋਂ ਦੁਨੀਆ ਦੇ ਜਿਹੜੇ ਹੈਗਾ ਦੁਨੀਆ ਦੇ ਉਚਾਰਨ ਸ਼ਬਦ ਠੀਕ ਹੈ ਜੀ ਦੀ ਬਣਤਰ ਤੇ ਬਾਹਰ ਰਚਨਾ ਤੋਂ ਪਤਾ ਲੱਗਦਾ ਹੈ ਦੂਜੀਆਂ ਭਾਸ਼ਾਵਾਂ ਨੂੰ ਸਿੱਖਣ ਲਈ ਵਿਆਕਰਣ ਤੋਂ ਬਿਨਾ ਕੰਮ ਚੱਲਦਾ ਹੀ ਨਹੀਂ ਇਸ ਕਰਕੇ ਜਿਹੜਾ ਹੈਗਾ ਵਾ ਇਸ ਕਰਕੇ ਸਕੂਲ ਪੱਧਰ ਤੇ ਵਿਆਕਰਣ ਦੀ ਪੜ੍ਹਾਈ ਜਿਹੜੀ ਹੈਗੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਤੇ ਹੁਣ ਦੋਸਤੋ ਪ੍ਰਸ਼ਨ ਕੀ ਆਪਣਾ ਵਿਆਕਰਣ ਦੀ ਪਰਿਭਾਸ਼ਾ ਲਿਖੋ ਤਾਂ ਦੋਸਤੋ ਦੇਖੋ ਇਸ ਦਾ ਆਨਸਰ ਕੀ ਹੈ ਵਿਆਕਰਣ ਕਿਸ ਨੂੰ ਆਖਦੇ ਹਨ ਤੇ ਜਾਂ ਫਿਰ ਦੋਸਤੋ ਵਿਆਕਰਣ ਦੀ ਪਰਿਭਾਸ਼ਾ ਲਿਖੋ ਤਾਂ ਦੇਖੋ ਵਿਆਕਰਣ ਅਜਿਹੀ ਵਿੱਦਿਆ ਹੈ ਜਿਸ ਵਿੱਚ ਭਾਸ਼ਾ ਦੇ ਤੁਨੀ ਉਚਾਰਣ ਸ਼ਬਦ ਰਚਨਾ ਤੇ ਸ਼ਬਦ ਜੋੜ ਅਤੇ ਸ਼ਬਦਾਂ ਅਰਥ ਠੀਕ ਹੈ ਜੀ ਤੇ ਆਪਣਾ ਵਾਕ ਰਚਨਾ ਦੇ ਨਿਯਮਾਂ ਦਾ ਦੇਣ ਕੀਤਾ ਜਾਂਦਾ ਹੈ ਵਿਆਕਰਣ ਨਿਮਤ ਵਿੱਚ ਜਿਹੜਾ ਹੈਗਾ ਵਾ ਵਿਆਕਰਣ ਨਿਯਮਾਂ ਵਿੱਚ ਬੁੱਝ ਕੇ ਹੀ ਦੋਸਤੋ ਭਾਸ਼ਾ ਸਹਿਤਕ ਜਾਂ ਫਿਰ ਟਕਸਾਲੀ ਰੂਪ ਧਾਰਨ ਕਰਦੀ ਹੈ ਤਾਂ ਦੋਸਤੋ ਇਹ ਅਨਸਾਰ ਹੋ ਗਿਆ ਇਸ ਦਾ ਅੱਗੇ ਦੋਸਤੋ ਆਪਣਾ ਵਿਆਕਰਣ ਅਧੀਨ ਸ਼ਬਦਾਂ ਦੇ ਅਰਥ ਪੱਖੋਂ ਵਿਆਖਿਆ ਨੂੰ ਕੀ ਕਹਿੰਦੇ ਹਨ ਤਾਂ ਦੋਸਤੋ ਇਹਦਾ ਆਨਸਰ ਦੇਖ ਲਓ ਕੀ ਹੈ ਤਾਂ ਵਿਆਕਰਣ ਵਿੱਚ ਜਿਹੜਾ ਹੈਗਾ ਸ਼ਬਦਾਂ ਦੀ ਵਿਆਖਿਆ ਵਾਲੇ ਭਾਗ ਨੂੰ ਕੀ ਨਾਮ ਦਿੱਤਾ ਗਿਆ ਤਾਂ ਸ਼ਬਦ ਬੋਧ ਇਸ ਨੂੰ नाम दिता गया है मैनू लगता तो है यह इसका आंसर है अगर तहु लगता कुछ होर आना है तो कमेंट बॉक्स में हजे अजय दस दो अगे दोस्तों हेट लिखे कोई दो शब्द का जोड़ा शुद्ध करके लिखो सब तो पहला दोस्तों की इतने सुंदर ठीक है तो दोस्तों आ देखो जोड़ा सूंदर सुंदर दोस्तों इस तरह लिखा है गलत आठ है जी तो यह दोस्तों अपना सही आ है तो उसो अगला की है दोस्तों अपना मित्र ठीक है जी दोस्तों मित्रों इस तरह नहीं लिखते है मित्रों दोस्तों ज इस तरह नहीं लिखते हैं इस तरह लिखते यह अपना सही है ठीक है जी तो हूँ दोस्तों अगला की है इतने इंद्र ठीक है तो इंद्र से स्पैलिंग भी इतने यह गलत ने ठीक है जी इंद्र तो दोस्तों जो वा इंद्र इस तरह बनेगा यानी कि यह गलत यह सही ठीक है जी अगला की है दोस्तों अपना सेहत तो सेहतलिंग भी इतने ये गलत ने ठीक है जी तो देखो सेहत जगा व इस तरह नहीं आता है वा ठीक है जी सेहत जोस्तों इस तरह आँगा वा ठीक है तो यह अपना सही हो जाएगा अगे दोस्तों अति शब्द अगेत्र हारा शब्द पिछेत्र लगा के एक बाग बनाओ तो दोस्तों देखो किस तरह बनेगा है अति का दोस्तो आ जाएगा अगेत्र लगा के अत्याचार ठीक है जी अपना अगेत्र बन गया ठीक है जी अत्याचार ठीक है तो हारा लगा के दोस्तों अपना लगा वो बना पिछेत्र ठीक है जी तो दोस्तों का बन जाएगा लक्ड़ हारा या फिर दोस्तों लिखण हारा तो भी कर सकते हो ठीक है लक्कड़ारा या फिर अपना लिखण हार गा लिखी है ठीक है जी बस हारा लाने पिछे हारा आ रहा वा ठीक है जी लक्कड़ हारा ते अत्या चार ठीक है तो यह आंसर इसका हो गया अपने प्रश्न का ठीक है जी नौवी का भी हो गया तो दोस्तों इतने ही यह बस पेपर एवला अपना पूरा सॉल्व हो गया जो कि दोस्तों क्लास नौवीं का पंजाबी का एक पेपर पूरे पैंट से पूरे पैंठ नंबर का अंस यह सोल्व कर लिया वा ठीक है जी तो दोस्तों सा एक होर पेपर पिया पे वह वाला देखो तो दोस्तों को काफ़ी पिया वा नाइनथ का पाबी बी का पेपर है टू आ ठीक है जी तो दोस्तों देखो एक य पेपर साल पिया पे वा ठीक है अगर तुम कमेंट करोगे कि सर यहाँ एक पेपर आ है जी साल पहुंचाया अगर तुम्हें कमेंट करोगे कि हाँ सर सर यह पेपर भी सोल्व कर दो जिमें हजे तुम्हें यह कराया था दोस्तों मैं पट्ट टू बना दूंगा ठीक है जी तो दोस्तों तुम्हें मैंने पार्ट टू के लिए हजे हजे कमेंट बॉक्स के दसो कि पार्ट टू बनाव या ना बनाव जिस तरह दोस्तों तुटे कमेंट आवे फिर मैं मैं तरह करूँगा यह वाला जो पेपर साढ़े को एक ठीक है जी बी देपर ठीक है इसमें भी अभी पूरा सोल्व करा देंगे ये भी पेपर साइक है वा ठीक ਠੀਕ ਹੈ ਤਾਂ ਦੋਸਤੋ ਤੁਸੀਂ ਮੈਨੂੰ ਪਾਰਟ 2 ਦੇ ਲਈ ਜਿਹੜਾ ਹੈ ਕਮੈਂਟ ਕਰਕੇ ਦੱਸ ਦਿਓ ਇਹ ਵੀਡੀਓ ਪਾਰਟ 2 ਮੈਂ ਬਣਾਵਾਂ ਮੈਂ ਜਾਂ ਫਿਰ ਨਹੀਂ ਠੀਕ ਹੈ ਜੀ ਤਾਂ ਦੋਸਤੋ ਚਲੋ ਠੀਕ ਹੈ ਜੀ ਬੱਸ ਅਗਰ ਤੁਹਾਡੀ ਕੋਈ ਕੁਇਰੀ ਹੈ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਇੰਸਟਾਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ